ਹੈਲੋ ਐਂਡ ਵੈਲਕਮ ਯੂ ਆਰ ਵਾਚਿੰਗ ਪੋਲੀ ਬੋਲੀ ਬਜ਼ ਅਤੇ ਮੈਂ ਆ ਸ਼ੇਖਰ ਰਾਏ ਅਤੇ ਅੱਜ ਫਿਰ ਆਪਾਂ ਇੱਥੇ ਸੁਰਾਂ ਦਾ ਪ੍ਰੋਗਰਾਮ ਲੈ ਕੇ ਆ ਗਏ ਹਾਂ ਜਿਹਦੇ ਵਿੱਚ ਹਮੇਸ਼ਾ ਤੁਹਾਡੇ ਸਾਹਮਣੇ ਮੈਂ ਇੱਕ ਆਰਟਿਸਟ ਨੂੰ ਲੈ ਕੇ ਆਉਂਦਾ ਅਤੇ ਉਹ ਫਿਰ ਸੁਰਾਂ ਦੇ ਵਿੱਚ ਇਸ ਸ਼ੋਅ ਨੂੰ ਪਰਾਉਂਦੇ ਨੇ ਅਤੇ ਫਿਰ ਆਪਾਂ ਇੰਜੋਏ ਕਰਦੇ ਹਾਂ, ਫਨ ਕਰਦੇ ਹਾਂ। ਤੁਸੀਂ ਕਾਲਸ ਕਰਦੇ ਹੋ ਅਤੇ ਆਪਾਂ ਤੁਹਾਡੀ ਗੱਲ ਕਰਾਉਂਦੇ ਹਾਂ, ਡਿਮਾਂਡ ਹੁੰਦੀਆਂ ਨੇ ਗਾਣ੿ਆਂ ਦੀਆਂ ਅਤੇ ਕੁਝ ਸਵਾਲ ਵੀ ਹੁੰਦੇ ਨੇ, ਜੇਕਰ ਅੱਜ ਵੀ ਨੇ ਤਾਂ ਤੁਸੀਂ ਕਾਲ ਕਰ ਸਕਦੇ ਹੋ, ਸਕਰੀਨ ਦੇ ਉੱਤੇ ਨੰਬਰ ਫਲੈਸ਼ ਹੋ ਰਿਹਾ। ਅਤੇ ਹੁਣ ਤੁਹਾਡੀ ਗੱਲ ਕਿਹਦੇ ਨਾਲ ਕਰਾਉਣ ਚੱਲੇ ਹਾਂ ਇਹ ਵੀ ਤੁਹਾਨੂੰ ਦੱਸਦਾ। ਇਹ ਰਹਿ ਚੁੱਕੇ ਨੇ ਜੀ ਵੌਇਸ ਆਫ ਪੰਜਾਬ ਦੇ ਸੈਕਿੰਡ ਰਨਰ ਅਪ ਅਤੇ ਇਹਨਾਂ ਦਾ ਨਾਮ ਹੈ ਸੁਰਤਾਰ ਕੁਲਾਰ। ਵੈਲਕਮ ਟੂ ਆਰ ਸ਼ੋਅ ਭਾਜੀ। ਸਤਿ ਸ਼੍ਰੀ ਅਕਾਲ ਭਾਜੀ, ਕੀ ਹਾਲ ਚਾਲ ਨੇ ਭਾਜੀ? ਬਹੁਤ ਵਧੀਆ ਭਾਜੀ। ਮੈਂ ਸੁਣਿਆ ਤੁਸੀਂ ਟ੍ਰੈਫਿਕ 'ਚ ਫਸ ਗਏ ਸੀ ਅੰਦਰ। ਹਾਂਜੀ ਹਾਂਜੀ ਭਾਜੀ, ਰਾਜ ਕੁਛ ਐਕਸੀਡੈਂਟ ਵਗੈਰਾ ਸੀਗੇ ਉਹਦੇ ਕਰਕੇ ਥੋੜ੍ਹਾ ਹੋ ਗਿਆ। ਅਤੇ ਮੇਰੇ ਖਿਆਲ ਨਾਲ ਜਦੋਂ ਇੱਦਾਂ ਦੇ ਹਾਦਸੇ ਆਪਾਂ ਦੇਖਦੇ ਹਾਂ ਤਾਂ ਸਭ ਤੋਂ ਪਹਿਲੀ ਗੱਲ ਦਿਲੋਂ ਇਹੀ ਨਿਕਲਦੀ ਹੈ ਵੀ ਭਾਈ ਦੇਖ ਦੂਖ ਕੇ ਗੱਡੀ ਚਲਾਇਆ ਕਰੋ, ਹੈ ਨਾ, ਧਿਆਨ ਨਾਲ ਚਲਾਇਆ ਕਰੋ। ਅਤੇ ਵੈਸੇ ਵੀ ਗਰਮੀ ਜ਼ਿਆਦਾ ਹੋ ਗਈ ਹੈ ਅਤੇ ਬੰਦੇ ਵੈਸੇ ਹੀ ਗਰਮੀ 'ਚ ਹੋਸ਼ ਉੱਡੇ ਰਹਿੰਦੇ ਹੈ। ਬਿਲਕੁਲ ਬਿਲਕੁਲ ਭਾਜੀ, ਬਿਲਕੁਲ। ਅਤੇ ਹੋਰ ਭਾਜੀ ਕਿਵੇਂ ਫੀਲ ਕਰ ਰਹੇ ਹੋ? ਬਹੁਤ ਵਧੀਆ ਜੀ, ਪਹਿਲਾਂ ਤਾਂ ਥੈਂਕ ਯੂ ਸੋ ਮੱਚ ਤੁਹਾਡਾ, ਥੈਂਕ ਯੂ ਸੋ ਮੱਚ ਇੱਥੇ ਬੁਲਾਇਆ ਅਤੇ ਇਸ ਚੈਨਲ ਦਾ ਅਤੇ ਜਿੰਨੇ ਵੀ ਸਾਰੇ ਵਿਊਅਰਸ ਨੇ ਉਹਨਾਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਅਤੇ ਸਾਰਿਆਂ ਦਾ ਬੜਾ ਤਹਿ ਦਿਲੋਂ ਸ਼ੁਕਰ ਗੁਜ਼ਾਰ ਹਾਂ ਕਿ ਤੁਸੀਂ ਸਾਰਿਆਂ ਨੇ ਇੰਨਾ ਪਿਆਰ ਦਿੱਤਾ, ਇੰਨੀ ਸਪੋਰਟ ਕੀਤੀ ਅਤੇ ਮੈਂ ਆਸ ਕਰਦਾ ਤੁਸੀਂ ਸਾਰੇ ਇੱਦਾਂ ਹੀ ਪਿਆਰ ਕਰਦੇ ਰਹੋਗੇ ਅਤੇ ਇੱਦਾਂ ਹੀ ਅੱਗੇ। ਬਿਲਕੁਲ ਜੀ, ਐਕਚੁਲੀ ਦੇਖੋ ਕਲਾ ਨੂੰ ਸਲਾਮ ਹੈ ਅਤੇ ਭਾਅ ਜੀ ਦੀ ਕਲਾ ਜਿਹੜੀ ਹੈਗੀ ਤੁਸੀਂ ਵੌਇਸ ਆਫ ਪੰਜਾਬ ਦੇ ਵਿੱਚ ਦੇਖ ਚੁੱਕੇ ਹੋ, ਉਹਨਾਂ ਦੇ ਗੀਤ ਜਿਹੜੇ ਇਹਨਾਂ ਦੇ ਮੂੰਹ ਤੋਂ ਸੁਣ ਚੁੱਕੇ ਹੋ ਅਤੇ ਭਾਅ ਜੀ ਬਹੁਤ ਅੱਛਾ ਗਾਉਂਦੇ ਨੇ, ਇਸ ਦੇ ਵਿੱਚ ਮੈਨੂੰ ਕੋਈ ਗਵਾਹੀ ਭਰਨ ਦੀ ਲੋੜ ਤਾਂ ਹੈ ਨਹੀਂ ਹੈ ਅਤੇ ਅੱਜ ਇੱਥੇ ਸਾਬਤ ਵੀ ਕਰਨਗੇ ਅਤੇ ਬਹੁਤ ਸਾਰੇ ਤੁਸੀਂ ਗਾਣੇ ਜਿਹੜੇ ਡਿਮਾਂਡ ਕਰ ਸਕਦੇ ਹੋ ਭਾਅ ਜੀ, ਤੁਹਾਡੀ ਡਿਮਾਂਡ ਪੂਰੀ ਕਰਨ ਲਈ ਸਪੈਸ਼ਲੀ ਆਏ ਨੇ। ਅਤੇ ਭਾਅ ਜੀ ਸਭ ਤੋਂ ਪਹਿਲਾਂ ਹੁਣ ਤੁਸੀਂ ਪ੍ਰੋਗਰਾਮ ਦਾ ਆਗਾਜ਼ ਹੀ ਕਿਸ ਅੰਦਾਜ਼ ਦੇ ਨਾਲ ਕਰਨ ਵਾਲੇ ਹੋ? ਇੱਕ ਗਾਣੇ ਦੇ ਨਾਲ ਓਪਨਿੰਗ ਹੋ ਜਾਏ ਜਿਹੜਾ ਕੋਈ ਤੁਹਾਡੀ ਆਪਣੀ ਰੂਹ ਨੂੰ ਜ਼ਿਆਦਾ ਪਸੰਦ ਹੈ ਜਾਂ ਫਿਰ ਤੁਹਾਡੀ ਯਾਦਾਂ ਜੁੜੀਆਂ ਨੇ ਵੌਇਸ ਆਫ ਪੰਜਾਬ ਦੇ ਸਫ਼ਰ ਦੇ ਨਾਲ, ਉਸ ਦੇ ਵਿੱਚੋਂ ਕੋਈ ਗੀਤ ਹੋਵੇ ਭਾਵੇਂ। ਜੀ, ਵੌਇਸ ਆਫ ਪੰਜਾਬ ਦਾ ਸਫ਼ਰ ਬੜਾ ਅੱਛਾ ਰਿਹਾ ਸੀ ਮੇਰੇ ਲਈ ਅਤੇ ਬੜਾ ਕੁਝ ਸਿੱਖਣ ਨੂੰ ਮਿਲਿਆ ਉੱਥੋਂ। ਅਤੇ ਇੱਕ ਗਾਣਾ ਸੀਗਾ ਜਿਹ 'ਚ ਮੈਂ ਗਾਇਆ ਸੀ, ਜਨਾਬ ਸਰਦੂਲ ਸਿਕੰਦਰ ਸਾਹਿਬ ਦਾ ਜੀ, ਉਹ 'ਚ ਗਾਣਾ ਗਾਇਆ ਸੀ ਮੈਂ ਸੈਮੀ ਫਾਈਨਲ 'ਚ, ਜਿਹਦੇ ਰਾਹੀਂ ਮੇਰੀ ਗ੍ਰੈਂਡ ਫਾਈਨਲ 'ਚ ਐਂਟਰੀ ਹੋਈ ਸੀ। ਅਤੇ ਦੋ ਲਾਈਨਾਂ ਉਹਦੀਆਂ ਸ਼ੇਅਰ ਕਰਾਂਗੇ। ਸੁਣਾ ਨਹੀਂ ਮਨ ਦਾ ਯੁੱਗ ਬੀਤ ਗਏ, ਰਹਿ ਗਏ ਜ਼ਿੰਦਗਾਨੀ ਦੇ ਦਿਨ ਥੋੜ੍ਹੇ। ਸੁਣਾ ਨਹੀਂ ਮਨ ਦਾ ਯੁੱਗ ਬੀਤ ਗਏ, ਤੇ ਰਹਿ ਗਏ ਜ਼ਿੰਦਗਾਨੀ ਦੇ ਦਿਨ ਥੋੜ੍ਹੇ। ਐਸਾ ਵੇਖਿਆ ਬੇਪਰਵਾਹ ਮਾਹੀ ਨੀ ਮੈਂ ਹੱਥ ਜੋੜਾਂ ਉਹ ਦਿਲ ਤੋੜੇ, ਨੀ ਮੈਂ ਹੱਥ ਜੋੜਾਂ ਉਹ ਦਿਲ ਤੋੜੇ। ਆਵੇ ਮਾਹੀ ਦੇਰ ਨਾ ਲਾ ਤੂੰ, ਨਾ ਵੇ ਨਾ ਇੰਜ ਤੜਪਾ ਤੂੰ, ਆ ਜਾ ਮਾਹੀ ਦੇਰ ਨਾ ਲਾ ਤੂੰ, ਨਾ ਵੇ ਨਾ ਇੰਜ ਤੜਪਾ ਤੂੰ। ਹਰ ਗਏ ਲੰਮੀਆਂ ਜੁਦਾਈਆਂ ਦਿਨ ਪਿਆਰ। ਕਿਆ ਬਾਤ ਹੈ ਜੀ, ਕਿਆ ਬਾਤ ਹੈ, ਕਿਆ ਬਾਤ ਹੈ, ਅਮੇਜ਼ਿੰਗ ਭਾਜੀ। ਅਤੇ ਬਹੁਤ ਅੱਛੀ ਆਵਾਜ਼ ਹੈ, ਬਹੁਤ ਤਰੀਕੇ ਦੇ ਨਾਲ ਤੁਸੀਂ ਹੈ ਨਾ ਗੀਤ ਨੂੰ ਗਾਇਆ ਵੀ ਹੈ। ਮੇਰੇ ਖਿਆਲ ਨਾਲ ਜਿਹੜੀ ਲਿਆਕਤ ਹੈਗੀ ਇਸ ਤਰ੍ਹਾਂ ਦੀ ਸਿੰਗਿੰਗ ਦੇ ਵਿੱਚ ਉਹ ਬਹੁਤ ਜ਼ਿਆਦਾ ਜ਼ਰੂਰੀ ਹੁੰਦੀ ਹੈ ਜੀ। ਇੱਕ ਪੰਜਾਬ ਦੇ ਜਿੰਨੇ ਵੀ ਆਰਟਿਸਟ ਨੇ ਅਸੀਂ ਸਾਰਿਆਂ ਨੂੰ ਸੁਣਦੇ ਹੀ ਹਾਂ, ਤੁਸੀਂ ਵੀ ਸੁਣਦੇ ਹੋ ਅੱਜ ਕੱਲ੍ਹ ਕਿੱਦਾਂ ਦਾ ਮਿਊਜ਼ਿਕ ਚੱਲ ਰਿਹਾ। ਅਤੇ ਸਾਡੇ ਮੇਰੇ ਆਈਡਲ ਨੇ ਜਨਾਬ ਸਰਦੂਲ ਸਿਕੰਦਰ ਸਾਹਿਬ, ਜਿਨ੍ਹਾਂ 'ਚ ਗਾਇਕੀ ਦਾ ਇੱਕ ਸਮੁੰਦਰ ਠਹਿਰਾ ਦਾ ਨਾ ਭਰਿਆ ਪਏ ਨੇ ਉਹ ਇੱਕ ਅੰਦਰ। ਅਤੇ ਉਹਨਾਂ ਨੂੰ ਸੁਣ ਸੁਣ ਕੇ ਸ਼ੁਰੂ ਤੋਂ ਹੀ ਬਚਪਨ ਤੋਂ ਉਹਨਾਂ ਨੂੰ ਸੁਣ ਸੁਣ ਕੇ ਜਿੰਨਾ ਕੁ ਵੀ ਥੋੜ੍ਹਾ ਬਹੁਤ ਗਾਉਣ ਲੱਗਿਆ, ਉਹਨਾਂ ਦੀ ਬਦੌਲਤ, ਉਹਨਾਂ ਦੀ ਗਾਇਕੀ ਦੀ ਬਦੌਲਤ ਗਾਉਣ ਲੱਗਿਆ। ਕਿਆ ਬਾਤ ਹੈ ਜੀ, ਮੇਰੇ ਖਿਆਲ ਨਾਲ ਮੈਂ ਪੁੱਛਣ ਹੀ ਵਾਲਾ ਸੀ ਵੀ ਭਾਜੀ ਸ਼ੁਰੂਆਤ ਕਿੱਥੋਂ ਹੋਈ ਸੀ। ਭਾਜੀ ਨੇ ਹਲਕਾ ਫੁਲਕਾ ਆਨਸਰ ਕਰਤਾ, ਬਾਕੀ ਆਪਾਂ ਹੋਰ ਵੀ ਪੁੱਛਾਂਗੇ, ਪਰ ਉਸ ਤੋਂ ਪਹਿਲਾਂ ਸਾਡੇ ਨਾਲ ਦਰਸ਼ਕ ਜੁੜ ਚੁੱਕੇ, ਉਹਨਾਂ ਦਾ ਸਵਾਗਤ ਕਰਦੇ ਹਾਂ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਜੀ, ਬਹੁਤ ਬਹੁਤ ਸਵਾਗਤ ਹੈ ਤੁਹਾਡਾ ਪ੍ਰੋਗਰਾਮ 'ਚ। ਆਪਣਾ ਨਾਂ ਦੱਸ ਦਿਓ ਤੇ ਕਿਹੜੀ ਜਗ੍ਹਾ ਤੋਂ ਗੱਲ ਕਰ ਰਹੇ ਹੋ? ਮੇਰਾ ਨਾਮ ਅਮਨ ਗਰੇਵਾਲ ਹੈ, ਮੈਂ ਲੁਧਿਆਣੇ ਤੋਂ ਬੋਲਦੀ ਹਾਂ ਜੀ। ਅਮਨ ਜੀ, ਅੱਜ ਸਾਡੇ ਨਾਲ ਤੁਸੀਂ ਦੇਖ ਹੀ ਲਿਆ ਜਿਹੜੇ ਮਹਿਮਾਨ ਬੈਠੇ ਨੇ, ਹੈ ਨਾ,
ਸੁਤਾਲ ਭਾਜੀ ਬੈਠੇ ਨੇ ਤੇ ਉਹਨਾਂ ਤੋਂ ਕੋਈ ਗੀਤ ਸੁਣਨਾ ਚਾਹੁੰਦੇ ਹੋ ਜਾਂ ਕੋਈ ਸਵਾਲ ਹੈਗਾ ਤਾਂ ਤੁਸੀਂ ਕਰ ਸਕਦੇ ਹੋ ਭਾਜੀ ਪਲੀਜ਼ ਜੀ ਮੈਂ ਨਾ ਇਹਦਾ ਮੇਰੀ ਮੇਰੀ ਏਜ ਦਾ ਇਹਦਾ ਬੇਟਾ ਵੀ ਹੈ ਮੈਂ ਇਹਨੂੰ ਬੇਟਾ ਹੀ ਸਮਝਾਂਗੀ ਆਪਣਾ ਕਿ ਮੇਰਾ ਬੇਟਾ ਹੀ ਹੈ ਜੀ ਜੀ ਮੈਨੂੰ ਨਾ ਇਹਦਾ ਨਾਂ ਅਜੇ ਦਾ ਨਹੀਂ ਪਤਾ ਹੈਗਾ ਬਟ ਮੈਂ ਇਹ ਕਹਾਂਗੀ ਕਿ ਇਹਦੀ ਆਵਾਜ਼ ਦੇ ਵਿੱਚ ਬੜੀਆਂ ਹੀ ਗਹਿਰਾਈਆਂ ਨੇ ਬੜੀਆਂ ਹੀ ਡੂੰਘਾਈਆਂ ਨੇ ਕੀ ਬਾਤ ਥੈਂਕ ਯੂ ਸੋ ਮਚ ਜੀ ਥੈਂਕ ਯੂ ਤੁਹਾਡਾ ਆਸ਼ੀਰਵਾਦ ਹੈ ਜੀ ਵੱਡਿਆਂ ਦਾ ਬਹੁਤ ਜ਼ਿਆਦਾ ਆਸ਼ੀਰਵਾਦ ਹੈ ਤੇਰੇ ਵਾਸਤੇ ਬਹੁਤ ਸਾਰਾ ਮਿਹਰਬਾਨੀ ਜੀ ਮਿਹਰਬਾਨੀ ਥੈਂਕ ਯੂ ਸੋ ਮਚ ਇੱਕ ਤੁਸੀਂ ਇਸ ਤਰ੍ਹਾਂ ਕਰਿਆ ਕਰੋ ਜੋ ਸਵੇਰੇ ਬਿਲਕੁਲ ਸਵੇਰੇ ਉੱਠ ਕੇ ਸੂਰਜ ਜਦੋਂ ਚੜ੍ਹ ਰਿਹਾ ਹੁੰਦਾ ਨਾ ਉਸ ਤੋਂ ਥੋੜੀ ਦੇਰ ਪਹਿਲਾਂ ਰਿਆਜ਼ ਕਰਿਆ ਕਰੋ ਜੀ 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 ਥੋੜਾ ਜਿਹਾ ਗਰਮ ਪਾਣੀ ਪੀ ਕੇ ਤਾਂ ਕਿ ਆਵਾਜ਼ ਤੁਹਾਡੀ ਹੋਰ ਜਿਹੜੀ ਹੈ ਨਾ ਗਹਿਰਾਈਆਂ 'ਚ ਜਾਵੇ ਠੀਕ ਹੈ ਜੀ 7 ਵਜੇ 7 ਵਜੇ ਦੀ ਹਾਂਜੀ ਤੇ ਹੋਰ ਤੂੰ ਚੜ੍ਹਦੀਆਂ ਕਲਾਂ 'ਚ ਰਹਿ ਹਮੇਸ਼ਾ ਆਪਣਾ ਨਾ ਆਪਣੇ ਆਪ ਨੂੰ ਮਤਲਬ ਕਿ ਜਿਸ ਤਰ੍ਹਾਂ ਇੱਕ ਜਿਹੜੇ ਕਦੇ ਅਸੀਂ ਗਾਣੇ ਸੁਣਦੇ ਹੁੰਦੇ ਸੀ ਨਾ ਹੀਰ ਰਾਂਝੇ ਵਾਲੇ ਜਾਂ ਬੜੀਆਂ ਡੂੰਘੀਆਂ ਲਹਿਰਾਂ ਤੱਕ ਸੀ ਉਹਨਾਂ ਨੂੰ ਖੋਜ ਕਰਕੇ ਨਾ ਉਹਨਾਂ ਤੇ ਸਟੱਡੀ ਕਰ ਉਹਨਾਂ ਨੂੰ ਲੈ ਕੇ ਆਉਣ ਤੇ ਚੱਲ ਕਿ ਤੇਰੀ ਆਵਾਜ਼ ਕਿਸੇ ਇੱਕ ਦੂਜੇ ਨਾਲ ਬੁਲੰਦ ਹੋਵੇ ਠੀਕ ਹੈ ਜੀ ਥੈਂਕ ਯੂ ਸੋ ਮਚ 7 ਵਜੇ ਜੀ ਜਿੱਦਾਂ ਤੁਸੀਂ ਕਹਿੰਦੇ ਹੋ ਕੋਸ਼ਿਸ਼ ਕਰਦਾ ਜੀ ਉਦਾਂ ਚੱਲਿਆ ਹਾਂ ਬਿਲਕੁਲ ਔਰ ਆਸ਼ੀਰਵਾਦ ਹੈ ਸਾਡਾ ਕਿੰਨਾ ਬਹੁਤ ਸਾਰਾ ਥੈਂਕ ਯੂ ਸੋ ਮਚ ਜੀ ਮਿਹਰਬਾਨੀ ਤੇ ਮੇਰੇ ਖਿਆਲ ਨਾਲ ਆਸ਼ੀਰਵਾਦ ਬਹੁਤ ਜ਼ਰੂਰੀ ਸੀਗਾ ਪਰ ਜੇ ਤੁਸੀਂ ਹੁਣ ਕੋਈ ਗਾਣੇ ਦੀ ਡਿਮਾਂਡ ਵੀ ਕਰਨਾ ਚਾਹੁੰਦੇ ਹੋ ਤਾਂ ਉਹ ਵੀ ਕਰ ਸਕਦੇ ਹੋ ਤੁਸੀਂ ਕੁਝ ਆਪਣਾ ਤੁਹਾਡਾ ਪਸੰਦੀਦਾ ਗੀਤ ਜੋ ਸੁਣਨਾ ਚਾਹੁੰਦੇ ਮੈਂ ਤਾਂ ਜ਼ਿਆਦਾ ਮਤਲਬ ਕਿ ਮੈਂ ਤਾਂ ਤੇਰੀ ਆਵਾਜ਼ ਸੁਣ ਕੇ ਨਾ ਇੱਕਦਮ ਮੇਰੀ ਰੂਹ ਨੂੰ ਨਾ ਬੜੀ ਸ਼ਾਂਤੀ ਮਿਲੀ ਹੈ ਤੇ ਮੈਂ ਇਹਨੂੰ ਇਹੀ ਕਹਾਂਗੀ ਤੂੰ ਉਹੀ ਬੋਲਦੇ ਜੋ ਸਾਰੇ ਸੁਣ ਕੇ ਨਾ ਥੋੜਾ ਜਿਹਾ ਦੁਨੀਆਂ ਦੀਆਂ ਚਲਾਕੀਆਂ ਤੋਂ ਤਾਂ ਥੱਲੇ ਹੋ ਕੇ ਸੋਚਣ ਤੇ ਇੱਕ ਆਪਣੀ ਰੱਬ ਦੇ ਵੱਲ ਲੱਗੀ ਹੋਈ ਰੂਹ ਵਿੱਚ ਆਪਣੇ ਆਪ ਨੂੰ ਮਹਿਸੂਸ ਕਰਨ ਇਹੋ ਜਿਹਾ ਕੁਝ ਬੋਲ ਦੇਵੇ ਜੀ ਮੈਂ ਤੁਸੀਂ ਕਿਹਾ ਵੀ ਤੂੰ ਮੇਰੇ ਬੱਚਿਆਂ ਵਰਗਾ ਤੇ ਇਹ ਗਾਣਾ ਤੁਹਾਨੂੰ ਤੇ ਸਾਰੀ ਮਾਵਾਂ ਨੂੰ ਡੈਡੀਕੇਟ ਕਰ ਦਿੰਦਾ ਜੀ ਮੈਂ ਧੰਨਵਾਦ ਬੇਟੇ ਧੰਨਵਾਦ ਦੋ ਲਾਈਨਾਂ ਤੁਹਾਡੇ ਲਈ ਹੋ ਬੱਚੇ ਮਾਂ ਦਾ ਦੇਣ ਨੀ ਦੇ ਸਕਦੇ ਮਾਵਾਂ ਕਈ ਕਈ ਲਾਡ ਲਡਾਉਂਦੀਆਂ ਗਿੱਲੀ ਥਾਂ ਤੇ ਸੌਂਦੀਆਂ ਆਪ ਮਾਵਾਂ ਸੁੱਕੀ ਥਾਂ ਤੇ ਪੁੱਤ ਨੂੰ ਪਾਉਂਦੀਆਂ ਮੈਂ ਕਿਵੇਂ ਭੁਲਾਵਾਂ ਪਿਆਰ ਤੇਰਾ ਤੇਰੀ ਮਮਤਾ ਤੇ ਦੁਲਾਰ ਤੇਰਾ ਖੁਦ ਚੱਲਦੀ ਰਹੀ ਤੱਤੀਆਂ ਹਵਾਵਾਂ ਮੈਨੂੰ ਕਰਕੇ ਠੰਡੜੀ ਛਾਂ ਹਰ ਜਨਮ ਦੇਣ ਨਹੀਂ ਦੇ ਸਕਦਾ ਤੇਰੇ ਅਹਿਸਾਨਾਂ ਦਾ ਮਾਂ ਕੀ ਬਾਤ ਹੈ ਜੀ ਕੀ ਬਾਤ ਹੈ ਇਹ ਬਿਲਕੁਲ ਸੱਚ ਗੱਲ ਹੈ ਮਾਂ ਦਾ ਦੇਣ ਜਿਹੜਾ ਹੈਗਾ ਉਹ ਅਸੀਂ ਦੇ ਨਹੀਂ ਸਕਦੇ ਤੇ ਇਹ ਮੇਰੇ ਖਿਆਲ ਨਾਲ ਰੱਬ ਦਾ ਇੱਕ ਰੂਪ ਹੈ ਜਿਹੜਾ ਸਾਰੀ ਜ਼ਿੰਦਗੀ ਸਾਡੇ ਨਾਲ ਚੱਲਦਾ ਬਿਲਕੁਲ ਜੀ ਬਿਲਕੁਲ ਤੇ ਜਿੰਨੀ ਦੇਰ ਚੱਲਦਾ ਉਨੀ ਦੇਰ ਬੱਚੇ ਨੂੰ ਕਿਸੇ ਗੱਲ ਦੀ ਪਰਵਾਹ ਨਹੀਂ ਹੁੰਦੀ ਬਿਲਕੁਲ ਜੀ ਬਿਲਕੁਲ ਹੈ ਨਾ ਜੀ ਤੇ ਅਗਲੇ ਦਰਸ਼ਕ ਆਪਣੇ ਨਾਲ ਜੁੜ ਚੁੱਕੇ ਉਹਨਾਂ ਦਾ ਸਵਾਗਤ ਕਰਦੇ ਹਾਂ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਸਰ ਜੀ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਪ੍ਰੋਗਰਾਮ 'ਚ ਆਪਣਾ ਨਾਂ ਦੱਸ ਦਿਓ ਤੇ ਕਿਹੜੀ ਜਗ੍ਹਾ ਤੋਂ ਗੱਲ ਕਰ ਰਹੇ ਹੋ ਮੇਰਾ ਨਾਮ ਰਵਿੰਦਰ ਹੈ ਮੈਂ ਅੰਮ੍ਰਿਤਸਰ ਤੋਂ ਗੱਲ ਕਰ ਰਿਹਾ ਸਰ ਜੀ ਰਵਿੰਦਰ ਜੀ ਆ ਸਾਡੇ ਨਾਲ ਸੁਰਤਾਲ ਕੁਲਾਰ ਭਾਜੀ ਬੈਠੇ ਨੇ ਤੇ ਫਿਰ ਚੱਕ ਦੋ ਫਿਰ ਫੱਟੇ ਡਿਮਾਂਡ ਤੇ ਡਿਮਾਂਡ ਹੋਣੀ ਚਾਹੀਦੀ ਹੈ ਸਰ ਸਰ ਦੀ ਆਵਾਜ਼ ਮੈਨੂੰ ਬਹੁਤ ਵਧੀਆ ਲੱਗਦੀ ਬਹੁਤ ਹੀ ਜ਼ਿਆਦਾ ਵਧੀਆ ਤੇ ਮੈਂ ਇਹਨਾਂ ਦੀ ਆਵਾਜ਼ ਦੇ ਵਿੱਚ ਇੱਕ ਨੁਸਰਤ ਸਾਹਿਬ ਦਾ ਇੱਕ ਸੌਂਗ ਸੁਣਨਾ ਚਾਹਾਂਗਾ ਜੀ ਕੋਸ਼ਿਸ਼ ਕਰਾਂਗੇ ਮਹਾਰਾਜ ਤੁਸੀਂ ਵੈਸੇ ਤਾਂ ਬੜੀ ਵੱਡੀ ਡਿਮਾਂਡ ਕਰਤੀ ਖਾਨ ਸਾਹਿਬ ਨੂੰ ਗਾਣਾ ਸੌਖੀ ਗੱਲ ਨਹੀਂ ਕੋਸ਼ਿਸ਼ ਕਰਾਂਗੇ ਕਿੱਥੋਂ ਭਾਜੀ ਆਪਾਂ ਮੈਂ ਅੰਮ੍ਰਿਤਸਰ ਤੋਂ ਗੱਲ ਕਰ ਰਿਹਾ ਓਕੇ ਓਕੇ ਜੀ ਅੰਮ੍ਰਿਤਸਰ ਤੋਂ ਥੈਂਕ ਯੂ ਸੋ ਮਚ ਭਾਜੀ ਤੁਸੀਂ ਕਾਲ ਕੀਤਾ ਥੈਂਕ ਯੂ ਤੇ ਦੋ ਲਾਈਨਾਂ ਖਾਨ ਸਾਹਿਬ ਦੇ ਗਾਣੇ ਦੀਆਂ ਜਾਨੀਆਂ ਹਾਣੀਆਂ ਤੂੰ ਵੀ ਸਿੱਖ ਕਦੀ ਦੁੱਖ ਸੁੱਖ ਫੋਲਣਾ ਤੇਰੇ ਬਿਨ ਨਹੀਂ ਲੱਗਦਾ ਦਿਲ ਮੇਰਾ ਢੋਲਣਾ ਤੇਰੇ ਬਿਨ ਨਹੀਂ ਲੱਗਦਾ ਦਿਲ ਮੇਰਾ ਢੋਲਣਾ ਤੇਰੇ ਬਿਨ ਨਹੀਂ ਲੱਗਦਾ ਦਿਲ ਮੇਰਾ ਢੋਲਣਾ ਹਾਏ
तेरे बिन नहीं लगदा दिल मेरा डोलना जानिया हानिया तू भी सिख कदी दुख सुख फोलना तेरे बिन क्या बात है जी क्या बात तेरे बिन नहीं लगदा दिल मेरा ढोलना है तेरे बिन नहीं लगदा दिल मेरा डोलना क्या बात है जी क्या बात है मेहनत की नजर आदि ने है ना भाजी बहुत अमेजिंग सही गल की तुसी के खान साहब नू गाना कोई आसान गल नहीं हैगी बट तुसी बाखूबी ना भागे है ना ते बहुत चंगी गल है अच्छा भाजी वॉइस ऑफ पंजाब दे विच जान दा सफर ते काफी देर बाद आया होना जी तुसी गायकी दी शुरुआत किवें कीती सी थोड़ा तुसी दस्या सीगा कि सरदूल साहब नू सुन सुन के बिल्कुल 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 ते बाकी दी तैयारी किवें रही जी मैं बहुत छोटा सीगा जदों मतलब हां जी 2.5-3 साल दा सीगा जदों ते मेरे वड्डे भाजी जसप्रीत कुलार जी जी बिना भाजी ते ओ खन्ने जदों साडे कोल आए ते ओ गांदे रहंदे घर च माहौल इदां दा सारे सारे गा रहे ने ਅਤੇ ਉਹ ਸੁਰ ਵਾਜੇ 'ਤੇ ਦੇ ਰਹੇ ਸੀ ਅਤੇ ਮੈਂ ਨਾਲ ਉਹਨੂੰ ਅੱਛਾ ਸਕੇਲ ਦੇਖ ਰਿਹਾ ਸੀ ਅਤੇ ਫੋਲੋ ਕਰ ਰਿਹਾ ਸੀ ਉਸ ਚੀਜ਼ ਨੂੰ 3 ਸਾਲ ਦੀ ਉਮਰ ਹਾਂਜੀ 3 ਸਾਲ ਮੈਂ ਫੋਲੋ ਕਰ ਰਿਹਾ ਸੀ ਉਸ ਉਮਰ 'ਚ ਅਤੇ ਉਹ ਇੱਕਦਮ ਅਚਾਨਕ ਦੇਖਿਆ ਉਹਨਾਂ ਨੇ ਵੀ ਹੈ ਨਾ ਇਹ ਸਾਨੂੰ ਫੋਲੋ ਕਰ ਰਹੇ ਸੁਰ ਨੂੰ ਅਤੇ ਉਹਨਾਂ ਨੇ ਅਚਾਨਕ ਸੁਰ ਚੇਂਜ ਕੀਤਾ ਅਤੇ ਮੈਂ ਫਿਰ ਫੋਲੋ ਕੀਤਾ ਉਹੀ ਸੁਰ ਜੋ ਉਹਨਾਂ ਨੇ ਦੱਬਿਆ ਉੱਦਾਂ ਹੀ ਫੋਲੋ ਕੀਤਾ ਅਮੇਜ਼ਿੰਗ ਅਤੇ ਉਹਨਾਂ ਨੂੰ ਪਤਾ ਲੱਗ ਗਿਆ ਸੀ ਵੀ ਹਾਂ ਅਤੇ ਕੁਛ ਕਰੂਗਾ ਸਟਾਰਟਿੰਗ ਅਤੇ ਬਾਕੀ ਮੰਮਾ ਪਾਪਾ ਨੇ ਸੋਚਿਆ ਹੋਇਆ ਸੀ ਜੇ ਬੱਚਾ ਹੋਵੇ ਅਤੇ ਸੁਰ ਵਾਲਾ ਹੋਵੇ ਅਤੇ ਇਸ ਕਰਕੇ ਨਾਮ ਵੀ ਮੇਰਾ ਪਹਿਲਾਂ ਹੀ ਸੁਰਤਾਲ ਰੱਖਿਆ ਸੀਗਾ ਹਾਂਜੀ ਕੀ ਬਾਤ ਹੈ ਮੈਂ ਸੋਚਿਆ ਸੀ ਭਾਜੀ ਨੇ ਕ੍ਰੀਏਟੀਵਿਟੀ ਦਿਖਾਈ ਹੈ ਬਟ ਇਹ ਦੇਖੋ ਘਰ ਤੋਂ ਹੀ ਨਾਮ ਮਿਲਿਆ ਸੀਗਾ ਤੇ ਮੇਰੇ ਖਿਆਲ ਨਾਲ ਰੱਬ ਨੇ ਇਹਨਾਂ ਨੂੰ ਬਣਾ ਕੇ ਉਦਾਂ ਭੇਜਿਆ ਤੇ ਆਪਾਂ ਫਿਰ ਇਹਨਾਂ ਦਾ ਹੈ ਨਾ ਅੱਜ ਫਾਇਦਾ ਚੱਕ ਲੈਂਦੇ ਹਾਂ ਅੱਜ ਬਹੁਤ ਸਾਰੇ ਗਾਣੇ ਸੁਣਾਂਗੇ ਤੇ ਅਗਲੇ ਕਾਲਰ ਆਪਣੇ ਨਾਲ ਜੁੜ ਚੁੱਕੇ ਨੇ ਦਰਸ਼ਕ ਦਾ ਉਹਨਾਂ ਦਾ ਸਵਾਗਤ ਕਰਦੇ ਸਤਿ ਸ਼੍ਰੀ ਅਕਾਲ ਜੀ ਹੈਲੋ ਰਸਤੇ ਚ ਕੁਛ ਦੁਰਘਟਨਾ ਹੋਈ ਹੋਈ ਸੀਗੀ ਕਿਤੇ ਘਟਨਾ ਵਾਪਰੀ ਹੋਈ ਸੀਗੀ ਤੇ ਉਸ ਕਰਕੇ ਥੋੜਾ ਜਿਹਾ ਭਾਜੀ ਸਾਡੇ ਵੱਲੋਂ ਹੋ ਗਿਆ ਹੈਲੋ ਹਾਂਜੀ ਕਿਹੜੀ ਘਟਨਾ ਵਾਪਰੀ ਉੱਥੇ ਟ੍ਰੈਫਿਕ ਵਿੱਚ ਫਸ ਗਏ ਸੀ ਹਾਂਜੀ 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 ਮੇਰੇ ਤੋਂ ਪਹਿਲਾਂ ਤੁਸੀਂ ਜਾਣਦੇ ਹੋ ਸਾਰੇ ਜਾਣੇ ਦੇਖੋ ਬੇਟਾ ਪਤਾ ਕੀ ਇਹ ਪ੍ਰੋਗਰਾਮ ਵਿੱਚ ਸਾਨੂੰ ਇਹੋ ਜਿਹੀ ਚੀਜ਼ ਆ ਨਾ ਵੀ ਜਿਵੇਂ ਬੰਦੇ ਨੂੰ ਨਸ਼ਾ ਲੱਗ ਜਾਂਦਾ ਵਾਹ 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 ਕੀ ਬਾਤ ਹੈ ਕੀ ਬਾਤ ਹੈ ਅਸੀਂ ਨਾ ਸੌਂਦੇ ਆ ਸਾਡਾ 3:30 ਵਜੇ ਦਾ ਅਲਾਰਮ ਲਾ ਕੇ ਉੱਠ ਕਰਦੇ ਆ ਵੀ ਮਿੱਠੀ ਮੈਟ ਨਹੀਂ ਆਉਣੇ ਵਾਲੀ ਆ ਹੁਣ ਨਹੀਂ ਨਹੀਂ ਬਿਲਕੁਲ ਬਿਲਕੁਲ ਕੀ ਬਾਤ ਹੈ ਜੀ ਮੈਂ ਮਿੱਠੀ ਮੈਟ ਨਹੀਂ ਵਾਲਿਆਂ ਨੂੰ ਵੀ ਦੱਸੂਗਾ ਜੀ ਵੀ ਤੁਸੀਂ ਗੁਰਜੋਤ ਦੇ ਲਈ ਸਪੈਸ਼ਲੀ ਇਹ ਗੱਲ ਕਹੀ ਹੈ ਨਾ ਕਿ ਤੁਸੀਂ ਅਲਾਮ ਲਾ ਕੇ ਬੈਠਦੇ ਹੋ ਇਸ ਪ੍ਰੋਗਰਾਮ ਲਈ ਤੇ ਤੁਸੀਂ ਇਸ ਪ੍ਰੋਗਰਾਮ ਨੂੰ ਵੀ ਇੰਨਾ ਪਿਆਰ ਦਿੰਦੇ ਹੋ ਬਹੁਤ ਬਹੁਤ ਧੰਨਵਾਦ ਪਹਿਲਾਂ ਤਾਂ ਤੁਹਾਡਾ ਹਾਂਜੀ ਤੇ ਹੁਣ ਤੁਸੀਂ ਸਰਤਾਲ ਜੀ ਤੋਂ ਕੋਈ ਡਿਮਾਂਡ ਕਰਨਾ ਚਾਹੁੰਦੇ ਹੋ ਉਹਨਾਂ ਨਾਲ ਗੱਲ ਕਰਨਾ ਚਾਹੁੰਦੇ ਹੋ ਤਾਂ ਕਰ ਸਕਦੇ ਹੋ ਹਾਂਜੀ ਸਰ ਕਰਦੇ ਆ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬੇਟੇ ਕੀ ਹਾਲ ਚਾਲ ਠੀਕ ਠਾਕ ਹੋ ਮਾਤਾ ਜੀ ਹਾਂ ਬੇਟੇ ਬਹੁਤ ਵਧੀਆ ਤੁਸੀਂ ਸੁਣਾਓ ਸ਼ੁਕਰ ਸ਼ੁਕਰ ਜੀ ਸ਼ੁਕਰ ਕਿੱਥੋਂ ਆ ਆਪਾਂ ਜੀ ਰੱਬ ਪਰਮਾਤਮਾ ਚੜ੍ਹਦੀਆਂ ਗ੍ਰਾਮ 'ਚ ਰੱਖੇ ਹਮੇਸ਼ਾ ਹਾਂ ਤੁਹਾਡਾ ਆਸ਼ੀਰਵਾਦ ਬਲੈਸਿੰਗ ਸਾਰਿਆਂ ਦੀਆਂ ਜੀ ਕੱਪੜੇ ਜਿਹੜੇ ਕਿਵੇਂ ਜਿਹਦੇ ਪਾ ਪਾ ਕੇ ਆ ਜਾਂਦੇ ਆ ਹਾਂਜੀ ਹਾਂਜੀ ਬਈ ਉਹਦੇ ਨਾਲ ਕੋਈ ਜ਼ਿਆਦਾ ਗਾਣਾ ਚੱਲ ਜਾਂਦਾ ਨਹੀਂ ਨਹੀਂ ਮੈਂ ਤੁਹਾਡੀ ਗੱਲ ਨਾਲ ਬਿਲਕੁਲ ਸਹਿਮਤ ਹਾਂ ਕਿਉਂਕਿ ਅੱਜ ਕੱਲ੍ਹ ਦਾ ਜੋ ਟ੍ਰੈਂਡ ਚੱਲ ਰਿਹਾ ਜੀ ਉਹ ਸਾਨੂੰ ਵੀ ਫੋਲੋ ਕਰਨਾ ਪੈਂਦਾ ਕਿਉਂਕਿ ਨਹੀਂ ਕਰਨਾ ਪੈਂਦਾ ਨਾ ਵੀ ਚਲੋ ਆਇਆ ਚ ਆਪਾਂ ਮੰਨਦੇ ਆ ਨਾ ਵੀ ਬੱਚੇ ਵੀ ਰੀਤ ਕਰਦੇ ਆ ਜੀ 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 ਚਲੋ ਆਪਾਂ ਨੇ ਆਪਣੇ ਗਲ ਤੋਂ ਗਾਉਣਾ ਜਿਹੜਾ ਗਾਉਣਾ ਹਾਂਜੀ ਬਿਲਕੁਲ ਬਿਲਕੁਲ ਜੀ ਬਿਲਕੁਲ ਹੈ ਨਾ ਤੁਸੀਂ ਥੋੜੇ ਜਿਹੇ ਹਾਂਜੀ ਵੀ ਜੇ ਪੁਰਾਣੇ ਗਾਣੇ ਲਿਆ ਕੇ ਸਾਨੂੰ ਸੁਣਾ ਦੋ ਪੁਰਾਣੇ ਗਾਣੇ ਕਿੱਦਾਂ ਦੇ ਜੀ ਤੁਸੀਂ ਜਿਹੜੇ ਹੁਣ ਆਪਣੇ ਪਹਿਲਾਂ ਪਿੱਛੇ ਜਿਵੇਂ ਮੁਹੰਮਦ ਸਲੀਮ ਹੋਣੀ ਗਾਉਂਦੇ ਸੀਗੇ ਅੱਛਾ ਜੀ ਨਰਿੰਦਰ ਬੀਬਾ ਸੀਗੀ ਆਪਣੇ ਜੀ 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 ਏਦਾਂ ਦੇ ਥੋੜੇ ਜਿਹੇ ਨਾ ਗਾਣੇ ਲਿਆ ਕੇ ਪਿਛਲੇ ਸਾਲੋਂ ਪਰ ਜਿਹੜੇ ਹੁਣ ਦੇ ਗਾਣੇ ਨੇ ਨਾ ਕੋਈ ਗਾਣਾ ਵਿੱਚ ਜਿਹਦਾ ਮਜ਼ਾ ਜਾਊਗਾ ਨਹੀਂ ਤਾਂ ਪਤਾ ਨਹੀਂ ਲੱਗਦਾ ਵੀ ਇਹ ਕੀ ਕਹਿੰਦੇ ਆ ਜੀ ਤੇ ਮੈਂ ਤੁਹਾਨੂੰ ਇੱਕ ਗੀਤ ਸੁਣਾ ਦਿੰਦਾ ਜਨਾਬ ਸਰਦੂਲ ਸਿਕੰਦਰ ਸਾਹਿਬ ਦਾ ਪੁਰਾਣਾ ਗੀਤ ਹੈ ਉਸ ਕੁੜੀ ਨੇ ਉਹਨਾਂ ਦੀ ਐਲਬਮ ਆਈ ਸੀ ਤੇ ਇੱਕ ਗਾਣਾ ਮੈਨੂੰ ਬੜਾ ਚੰਗਾ ਲੱਗਦਾ ਮੈਂ ਤੁਹਾਨੂੰ ਸੁਣਾ ਦਿੰਦਾ ਹਾਂਜੀ ਬਹੁਤ ਬਹੁਤ ਧੰਨਵਾਦ ਜੀ ਕਾਲ ਕਰਨ ਦੇ ਲਈ ਤੁਹਾਡੀ ਡਿਮਾਂਡ ਜਿਹੜੀ ਉਹ ਪੇਸ਼ ਕਰਨ ਜਾ ਰਹੇ ਭਾਜੀ ਹਾਂਜੀ ਵਸਿਆ ਰਹਿੰਦਾ ਸੀ ਜਿਹਦਾ ਸਾ ਮੇਰੇ ਸਾਵਾਂ ਤੇ
ਲਿਖਿਆ ਰਹਿੰਦਾ ਸੀ ਮੇਰਾ ਨਾ ਜੀ ਦੀ ਬਾਹਾਂ ਤੇ ਹੌਲੀ ਹੌਲੀ ਬਾਹਾਂ ਤੋਂ ਹੌਲੀ ਹੌਲੀ ਬਾਹਾਂ ਤੋਂ ਹੌਲੀ ਹੌਲੀ ਬਾਹਾਂ ਤੋਂ ਮਿਟਾਇਆ ਉਸ ਕੁੜੀ ਨੇ ਪਰ ਮੈਨੂੰ ਦਿਲੋਂ ਨੀ ਭੁਲਾਇਆ ਉਸ ਕੁੜੀ ਨੇ ਪਰ ਮੈਨੂੰ ਦਿਲੋਂ ਨੀ ਭੁਲਾਇਆ ਉਸ ਕੁੜੀ ਨੇ ਜ਼ਿਕਰ ਹੋਇਆ ਚੱਲ ਸਰਦੂਲ ਉਹਦਾ ਨਾ ਦੱਸ ਦੇਨੇ ਨਾ ਦੱਸ ਦੇਨੇ ਕਿੱਥੇ ਉਹ ਮਿਲੀ ਸਿੱਖਣੇ ਥਾਂ ਦੱਸ ਦੇਨੇ ਥਾਂ ਦੱਸ ਦੇਨੇ ਦਵਿੰਦਰ ਨੂੰ ਸ਼ਾਇਰ ਦਵਿੰਦਰ ਨੂੰ ਸ਼ਾਇਰ ਦਵਿੰਦਰ ਨੂੰ ਸ਼ਾਇਰ ਬਣਾਇਆ ਉਸ ਕੁੜੀ ਨੇ ਪਰ ਮੈਨੂੰ ਦਿਲੋਂ ਨੀ ਭੁਲਾਇਆ ਉਸ ਕੁੜੀ ਨੇ ਕੁੜੀ ਚਲੀ ਵੀ ਗਈ ਹੈ ਜੁਦਾਈ ਵੀ ਹੈਗੀ ਪਰ ਫਿਰ ਵੀ ਉਹ ਬੰਦਾ ਇਹ ਗੱਲ ਕਹਿੰਦਾ ਦਿਲ ਤੋਂ ਉਸਨੇ ਭੁਲਾਇਆ ਭਾਵੇਂ ਬਾਹ ਤੋਂ ਨਾਮ ਮਿਟਵਾ ਪਰ ਦਿਲ ਤੋਂ ਨੀ ਭੁਲਾਇਆ ਤੇ ਮੇਰੇ ਖਿਆਲ ਨਾਲ ਇੰਨੀ ਪੋਜ਼ਿਟਿਵ ਥਿੰਕਿੰਗ ਜਿਹੜੀ ਹੈ ਉਹਨਾਂ ਗਾਣੇ ਦੇ ਵਿੱਚ ਹੀ ਸੀ ਬਿਲਕੁਲ ਪਹਿਲਾਂ ਤਾਂ ਹੀ ਤਾਂ ਉਹ ਸਿੰਗਿੰਗ ਦੇ ਗਾਇਕੀ ਦੇ ਬਾਬਾ ਬੋਰਡ ਹੋਏ ਨੇ ਜੀ ਬਿਲਕੁਲ ਜਿਨ੍ਹਾਂ ਨੇ ਇੱਕ ਅਗਰ ਕੋਈ ਗਾਣੇ ਦਾ ਆਪਸ਼ਨ ਲੈਂਦੇ ਸੀ ਕੋਈ ਵੀ ਦੋ ਗਾਣੇ ਦੀ ਆਪਸ਼ਨ ਹੁੰਦੀ ਸੀ ਅਤੇ ਉਹ ਚੂਜ਼ ਕਰਦੇ ਸੀ ਵੀ ਇਹ ਸਾਡਾ ਗਾਣਾ ਜੇ ਕੋਈ ਸਾਡਾ ਨੋਟੀਫਿਕੇਸ਼ਨ ਜੇ ਕਿਸੇ ਥਰੂ ਪਹੁੰਚੇ ਕਿਸੇ ਤਰ੍ਹਾਂ ਹੈ ਨਾ ਜਿੱਦਾਂ ਵੀ ਇੱਕ ਨੈਗੇਟਿਵ ਨਹੀਂ ਜਾਵੇ ਜਾਂ ਕੁਝ ਵੀ ਹਾਂ ਹਾਂਜੀ ਉਸ ਚੀਜ਼ ਨੂੰ ਚੂਜ਼ ਕਰਦੇ ਸੀਗੇ ਬਿਲਕੁਲ ਮੇਰੇ ਖਿਆਲ ਨਾਲ ਉਹੀ ਚੋਇਸ ਵੀ ਬਹੁਤ ਅੱਛੀ ਸੀ ਅੱਛਾ ਲਿਖਣ ਵਾਲੇ ਦਵਿੰਦਰ ਜੀ ਦੀ ਗੱਲ ਕੀਤੀ ਜਾਵੇ ਤਾਂ ਦਵਿੰਦਰ ਖੰਨੇ ਵਾਲੀ ਜੀ ਕੀ ਬਾਤ ਹੈ ਮਹਾਨ ਨੇ ਉਹਨਾਂ ਨੂੰ ਅੱਛਾ ਹੁੰਦਾ ਨਾ ਵੀ ਗਾਇਕਾਂ ਨੂੰ ਸੁਣ ਸੁਣ ਕੇ ਲੋਕੀ ਗਾਣਾ ਸਿੱਖਦੇ ਨੇ ਤੇ ਅੱਗੇ ਸੰਗੀਤਕਾਰ ਗੀਤਕਾਰ ਬਣਦੇ ਨੇ ਜੀ ਇੱਥੇ ਗੱਲ ਇਹ ਸੀਗੀ ਵੀ ਇੱਕ ਰਾਈਟਰ ਨੂੰ ਸੁਣ ਸੁਣ ਕੇ ਉਹਦੇ ਲਿਖੇ ਗੀਤਾਂ ਨੂੰ ਸੁਣ ਸੁਣ ਕੇ ਪਤਾ ਨਹੀਂ ਕਿੰਨੇ ਜਣਿਆਂ ਨੇ ਲਿਖਣਾ ਸ਼ੁਰੂ ਬਿਲਕੁਲ ਬਿਲਕੁਲ ਜੀ ਇੱਦਾਂ ਦੇ ਆਈਡਲ ਰਹੇ ਬਿਲਕੁਲ ਜੀ ਬਿਲਕੁਲ ਤੇ ਅਗਲੇ ਦਰਸ਼ਕ ਆਪਣੇ ਨਾਲ ਜੁੜੇ ਹੋਏ ਨੇ ਉਹਨਾਂ ਦਾ ਸਵਾਗਤ ਕਰਦੇ ਹਾਂ ਸਤਿ ਸ਼੍ਰੀ ਅਕਾਲ ਜੀ ਹੈਲੋ ਹਾਂਜੀ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਪ੍ਰੋਗਰਾਮ 'ਚ ਆਪਣਾ ਨਾਂ ਦੱਸ ਦਿਓ ਤੇ ਕਿਹੜੀ ਜਗ੍ਹਾ ਤੋਂ ਗੱਲ ਕਰ ਰਹੇ ਹੋ ਹਾਂਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬਹੁਤ ਵਧੀਆ ਜੀ ਬਹੁਤ ਵਧੀਆ ਹੁਣ ਤੁਸੀਂ ਐਂ ਦੱਸੋ ਦੋ ਜਣੇ ਬੈਠੇ ਨੇ ਇੱਥੇ ਕਿਹਨੂੰ ਪੁੱਛ ਰਹੇ ਹੋ ਵੈਸੇ ਠੀਕ ਦੋਵੇਂ ਜੀਓ ਬੰਦ ਹੋ ਗਿਆ ਹਾਂ ਇਹ ਭਾਜੀ ਕਦੀ ਵੀ ਧੋਖਾ ਦੇ ਜਾਂਦਾ ਹਨਾ ਅਸੀਂ ਵੀ ਉਹ ਰੱਕੇ ਜੇ ਆਏ ਸੀ ਖੇਤੋਂ ਹੀ ਬਹੁਤ ਬੀਜਦੇ ਅੱਛਾ ਜੀ ਝੋਨੇ ਦੀ ਨਾ ਜੀ ਮੇਰਾ ਲੱਖਾ ਭੋੜੀਆ ਕਹਿੰਦੇ ਜੀ ਮੈਨੂੰ ਪਿੰਡ ਮੇਰਾ ਮੰਨ ਲੈ ਵਾਹ ਜੀ ਕੀ ਬਾਤ ਹੈ ਜੀ ਲੱਖਾ ਜੀ ਅੱਜ ਸਾਡੇ ਨਾਲ ਸੁਰਤਾਲ ਜੀ ਬੈਠੇ ਨੇ ਫਿਰ ਗੀਤ ਸੁਣਨਾ ਹੈ ਸਵਾਲ ਪੁੱਛਣਾ ਹੈ ਕੋਈ ਖੁੱਲੇ ਦਿਲ ਨਾਲ ਪੁੱਛ ਸਕਦੇ ਹੋ ਹਾਂਜੀ ਤੇ ਬਾਈ ਜੀ ਮੇਰਾ ਸੈਡ ਸੰਗ ਬਹੁਤ ਲੱਗਦੇ ਨੇ ਜਿਹੜਾ ਸੈਡ ਸੰਗ ਬੜਾ ਵਧੀਆ ਗੀਤ ਸੀ ਜਿਹੜਾ ਉਹਨਾਂ ਨੂੰ ਲਾਇਆ ਸੀ ਹਾਂਜੀ ਤੇ ਸਾਨੂੰ ਹੈਲੋ ਹਾਂਜੀ 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 ਹੈਲੋ ਹੈਲੋ ਕੀ ਚੱਲ ਪਈ ਜਦਾ ਟੀਵੀ ਬੜਾ ਧੰਨਵਾਦ ਤੁਹਾਡਾ ਅੱਛਾ ਗੱਲ ਸੁਣੋ ਮੇਰੀ ਟੀਵੀ ਦੀ ਆਵਾਜ਼ ਘਟਾ ਕੇ ਫੋਨ ਤੇ ਗੱਲ ਕਰ ਲਓ ਕੋਈ ਗੱਲ ਨਹੀਂ ਟੀਵੀ ਤੇ ਵੀ ਸੁਣੀ ਜਾਓ ਹੁਣ ਤੁਸੀਂ ਗਾਣੇ ਦੀ ਡਿਮਾਂਡ ਤਾਂ ਕਰ ਹੀ ਜਾਓ ਆਏ ਹੁੰਦਾ ਲੋਕ ਤੱਥ ਸੁਣਾ ਦੇ ਸਾਨੂੰ ਵਧੀਆ ਹੈ ਕੋਈ ਲੋਕ ਤੱਥ ਜੀ ਓਕੇ ਜੀ ਹਾਂਜੀ ਜੀ ਮੈਂ ਤੁਹਾਨੂੰ ਟੱਪੇ ਸੁਣਾ ਦਾਂ ਹੈ ਜੀ ਟੱਪੇ ਟੱਪੇ ਸੁਣਾ ਦਾਂ ਸਰ ਤੁਹਾਨੂੰ ਹਾਂ ਟੱਪੇ ਸੁਣਾ ਦੇ ਜੀ ਲਓ ਜੀ ਬਹੁਤ ਬਹੁਤ ਮਿਹਰਬਾਨੀ ਕਾਲ ਕਰਨ ਦੇ ਲਈ ਜੀ ਹੁਣ ਤੁਸੀਂ ਟੀਵੀ ਕੰਟੀਨਿਊ ਦੇਖ ਸਕਦੇ ਹੋ ਜੀ ਦੋ ਲਾਈਨਾਂ ਜੀ ਟੱਪਿਆਂ ਦੀਆਂ ਕੋਠੇ ਤੇ ਕਿਲਮਾਇਆ ਹੈ ਕੋਠੇ ਤੇ ਕਿਲਮਾਇਆ ਲੋਕਾਂ ਦੀਆਂ ਰੋਣੇ ਅੱਖੀਆਂ ਹਾਏ
ਲੋਕਾਂ ਦੀਆਂ ਰੋਣੇ ਅੱਖੀਆਂ ਸਾਡਾ ਰੋਂਦਾ ਏ ਦਿਲ ਮਾਇਆ ਚੰਨ ਵੇ ਸਾਡਾ ਰੋਂਦਾ ਏ ਦਿਲ ਮਾਇਆ। ਅਮੇਜ਼ਿੰਗ ਭਾਅ ਜੀ, ਅਤੇ ਮੇਰੇ ਖਿਆਲ ਨਾਲ ਹਰ ਗੀਤ ਤੋਂ ਬਾਅਦ ਮੈਨੂੰ ਕਹਿਣਾ ਹੀ ਪੈਣਾ ਤੁਸੀਂ ਲਾਇਆ ਸਿਰਾ। ਅੱਛਾ ਭਾਅ ਜੀ ਇੱਕ ਗੱਲ ਦੱਸੋ ਜੀ, ਤੁਹਾਨੂੰ ਵੀ ਕਦੀ ਮਤਲਬ ਦਰਦ ਦੁਰਦ ਮਹਿਸੂਸ ਹੋਇਆ, ਤੁਹਾਨੂੰ ਵੀ ਧੋਖਾ ਧੁੱਖਾ ਦੇ ਦਿੱਤਾ ਕਿਸੇ ਨੇ ਜਾਂ ਨਹੀਂ? ਹੁਣ ਇੱਥੇ ਜ਼ਰੂਰੀ ਹੈ ਕਰਨੀ ਗੱਲ, ਕਿਉਂਕਿ ਮਤਲਬ ਮਿਲਿਆ ਹੋਇਆ ਦੇਖੋ ਨਹੀਂ, ਇੱਦਾਂ ਦਾ ਕੁਛ ਨਹੀਂ ਹੈਗਾ ਹਲੇ, ਅਤੇ ਫੋਕਸ ਹਲੇ ਸਿਰਫ ਇੱਧਰ ਹੀ ਹੈ ਹਲੇ ਗਾਇਕੀ ਵੱਲ। ਹਾਂਜੀ ਹਾਂਜੀ, ਬਾਕੀ ਸਮੇਂ ਨਾਲ ਇਹ ਚੀਜ਼ਾਂ ਆਉਂਦੀਆਂ ਰਹਿੰਦੀਆਂ ਨੇ। ਅੱਛਾ ਜਿਵੇਂ ਹੁੰਦੀ ਹੈ ਨਾ ਇੱਕ ਸੋਚ ਹੁੰਦੀ ਹੈ ਵੀ ਦੁੱਖ ਤੋਂ ਬਿਨਾਂ ਤਾਂ ਕਲਾਕਾਰ ਬਣਦਾ ਹੀ ਨਹੀਂ ਹੈ, ਇੱਦਾਂ ਦਾ ਜਦ ਤੱਕ ਸੱਟ ਨਹੀਂ ਲੱਗਦੀ ਦਿਲ 'ਤੇ ਹੈ ਜੇ ਅੰਦਰਲਾ ਕਲਾਕਾਰ ਜਾਗਦਾ ਨਹੀਂ ਹੈ। ਇਹ ਗੱਲਾਂ ਸੱਚ ਹੁੰਦੀਆਂ ਨੇ ਜਾਂ ਸੱਚਾਈ ਇਹ ਹੈ ਕਿ ਰਿਆਜ਼ ਕਰੋਗੇ ਜੇ ਸਿੱਖੋਗੇ ਤਰੀਕੇ ਦੇ ਨਾਲ ਤਾਂ ਹੀ ਤੁਸੀਂ ਕਲਾਕਾਰ? ਬਿਲਕੁਲ ਬਿਲਕੁਲ ਭਾਅ ਜੀ, ਇਹ ਤਾਂ ਨਹੀਂ ਵੀ ਜੇ ਤੁਹਾਨੂੰ ਧੋਖਾ ਮਿਲੂਗਾ ਤੁਸੀਂ ਤਾਂ ਹੀ ਚੰਗਾ ਗਾ ਪਾਓਗੇ, ਹੈ ਨਾ। ਅਤੇ ਐਡੇ ਐਡੇ ਖਾਨ ਸਾਹਿਬ ਲੋਕ ਹੋਏ ਨੇ, ਨੁਸਰਤ ਸਾਹਿਬ ਨੂੰ ਕਿਤੇ ਧੋਖੇ ਮਿਲੇ ਨੇ ਕਿਤੇ ਕਿਸੇ ਚੀਜ਼ ਦੇ, ਹੈ ਨਾ, ਦੇਖਿਆ ਜਾਵੇ। ਹਾਂਜੀ ਹਾਂਜੀ, ਅਤੇ ਉਹਨਾਂ ਨੇ ਰਿਆਜ਼ ਕੀਤਾ, ਐਸਾ ਮਿਹਨਤਾਂ ਕੀਤੀਆਂ, 10-10 ਘੰਟੇ ਦੀ ਸਿਟਿੰਗ ਆ ਉਹਨਾਂ ਦੀਆਂ ਜੀ, ਕਿ ਸਵੇਰੇ ਬੈਠੇ ਪਤਾ ਹੀ ਨਹੀਂ ਲੱਗਦਾ ਸੀ ਰਾਤ ਕਦੋਂ ਹੋ ਗਈ, ਰਾਤ ਕਦੋਂ ਨਿਕਲ ਗਈ, ਸਵੇਰ ਹੋ ਗਈ, ਇੱਦਾਂ ਗਾਉਂਦੇ। ਰਿਆਜ਼ ਮਿਹਨਤ ਹੁੰਦੀ ਹੈ, ਜਿੰਨਾ ਰਿਆਜ਼ ਮਿਹਨਤ ਹੋਊਗਾ ਓਨਾ ਹੀ ਤੁਹਾਡੇ ਗਾਣੇ 'ਚ ਅਸਰ ਹੋਊਗਾ। ਪਰ ਮੇਰੇ ਖਿਆਲ ਨਾਲ ਇਹ ਵੀ ਗੱਲ ਆਪਾਂ ਥੋੜ੍ਹੀ ਜਿਹੀ ਓਲਡ ਫੈਸ਼ਨ ਕੀਤੀ ਹੈ, ਪਹਿਲਾਂ ਕਹਿੰਦੇ ਹੁੰਦੇ ਸੀ ਲੋਕੀ, ਅੱਜ ਕੱਲ੍ਹ ਤਾਂ ਇਹ ਕਹਿੰਦੇ ਨੇ ਵੀ ਜੇ ਕਿੱਲਾ ਹੈਗਾ ਤਾਂ ਤੁਸੀਂ ਕਲਾਕਾਰ। ਸਹੀ ਗੱਲ ਹੈ, ਸਹੀ ਗੱਲ ਹੈ ਭਾਅ ਜੀ, ਬਿਲਕੁਲ ਬੜਾ ਔਖਾ ਹੈ। ਜੇ ਜੇ ਉੱਤੋਂ ਦੇ ਜਿਹੜੇ ਮਿਊਜ਼ਿਕ ਡਾਇਰੈਕਟਰ ਕੋਲ ਗਏ ਹੋ, ਜੇ ਉਹਦੇ ਕੋਲ ਆਟੋ ਟਿਊਨਰ ਹੈ ਤਾਂ ਤੁਸੀਂ ਕਲਾਕਾਰ ਹੋ, ਦੇਖ ਤੁਸੀਂ ਸਟਾਰ ਹੋ। ਨਹੀਂ ਮੈਂ ਦੇਖ, ਸੱਚੀ ਗੱਲ ਇਹ ਵੀ ਜੇ ਤੁਹਾਡੀ ਜੇਬ 'ਚ ਪੈਸਾ ਹੈਗਾ ਚਾਰ, ਤਾਂ ਤੁਹਾਨੂੰ ਕੋਈ ਵੀ ਮਿਊਜ਼ਿਕ ਡਾਇਰੈਕਟਰ ਨਾ ਨਹੀਂ ਕਰੂਗਾ, ਸਾਰੇ ਤੁਹਾਨੂੰ ਜੀ ਸੱਦ ਕੇ ਤੁਹਾਨੂੰ ਬਿਠਾਉਣਗੇ, ਪਲਾਣਗੇ, ਪਹਿਲਾਂ ਕੋਲਡ ਡਰਿੰਕ ਤੋਂ ਪਲਾਣਗੇ, ਤੁਹਾਨੂੰ ਸ਼ੁਰੂ ਕਰਨਗੇ ਵੀ ਭਾਅ ਜੀ ਤੁਸੀਂ ਬੈਠੋ, ਗਾਣਾ ਜਿੱਦਾਂ ਦਾ ਤੁਸੀਂ ਲੈ ਕੇ ਆ ਜਾਓਗੇ ਉਦਾਂ ਦਾ ਤੁਹਾਡਾ ਰਿਕਾਰਡ ਚੱਕ ਦੇਣਾ, ਤੁਸੀਂ ABC ਗਾ ਦੋਗੇ, ਤੁਸੀਂ ਬੋਲ ਜੋ ਗਵਾਹ ਸੀ ਲਵਾਂ, ਆਡਰ ਟਿਊਨਰ ਦਾ ਆਪੇ ਗਵਾ ਲੈਣਾ, ਤੁਸੀਂ ਗਵਾਹ ਸੀ ਲਵਾਂ। ਬਿਲਕੁਲ, ਕੀ ਬਾਤ ਹੈ ਜੀ, ਇਦਾਂ ਦੇ ਫਨ ਵੀ ਹੋ ਜਾਂਦੇ ਨੇ, ਹੈ ਨਾ, ਬਹੁਤ ਵਾਰੀ। ਬਟ ਜਿਹੜੀ ਕਲਾ ਹੈਗੀ ਆ ਉਹ ਇਦਾਂ ਨਜ਼ਰ ਆਉਂਦੀ ਹੈ ਜਦੋਂ ਬੰਦਾ ਬੈਠ ਕੇ ਜਿੱਦਾਂ ਦੀ ਡਿਮਾਂਡ ਆ ਰਹੀ ਹੈ ਉਸ ਹਿਸਾਬ ਨਾਲ ਗਾਉਂਦਾ ਅਤੇ ਬਾਖੂਬੀ ਗਾਉਂਦਾ, ਉਦੋਂ ਪਤਾ ਲੱਗਦਾ ਕਿ ਰਿਆਜ਼ ਕਿੰਨਾ ਕੀਤਾ ਗਿਆ। ਅਤੇ ਅਗਲੇ ਦਰਸ਼ਕ ਆਪਣੇ ਨਾਲ ਜੁੜ ਚੁੱਕੇ ਨੇ, ਉਹਨਾਂ ਦਾ ਸਵਾਗਤ ਕਰਦੇ ਹਾਂ। ਸਤਿ ਸ਼੍ਰੀ ਅਕਾਲ ਜੀ। ਹਾਂਜੀ, ਬਹੁਤ ਬਹੁਤ ਸਵਾਗਤ ਹੈ ਜੀ ਤੁਹਾਡਾ ਪ੍ਰੋਗਰਾਮ 'ਚ। ਆਪਣਾ ਨਾਮ ਦੱਸ ਦਿਓ, ਕਿਹੜੀ ਜਗ੍ਹਾ ਤੋਂ ਗੱਲ ਕਰ ਰਹੇ ਹੋ? ਲਵਪ੍ਰੀਤ ਪਾਲ ਸਰ ਜੀ। ਜੀ ਲਵਪ੍ਰੀਤ ਪਾਲ ਜੀ, ਅੱਜ ਸਾਡੇ ਨਾਲ ਸੁਰਤਾਲ ਭਾਅ ਜੀ ਬੈਠੇ ਨੇ, ਪਰ ਉਸ ਤੋਂ ਪਹਿਲਾਂ ਮੈਂ ਤੁਹਾਨੂੰ ਇੱਕ ਰਿਕੁਐਸਟ ਕਰਾਂਗਾ, ਟੀ ਵੀ ਦੀ ਆਵਾਜ਼ ਥੋੜ੍ਹੀ ਘੱਟ ਕਰ ਲਓ, ਮੈਨੂੰ ਸੁਣਾਈ ਦੇ ਰਹੀ ਹੈ, ਫਿਰ ਆਪਣੀ ਡਿਲੇ ਹੁੰਦੀ ਹੈ ਉਹਦੇ ਉੱਤੇ ਟੀ ਵੀ ਦੇ ਉੱਤੇ ਆਵਾਜ਼, ਤਾਂ ਤੁਸੀਂ ਫੋਨ 'ਤੇ ਹੀ ਗੱਲ ਕਰਿਓ ਇਹਨਾਂ ਨਾਲ ਕੰਟੀਨਿਊਸਲੀ। ਹਾਂਜੀ ਭਾਅ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਜੀ ਲਵਪ੍ਰੀਤ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਚਾਲ? ਵਧੀਆ ਜੀ, ਠੀਕ ਠਾਕ ਹੋ? ਹਾਂਜੀ। ਹੋਰ ਸਰ, ਘਰ ਪਰਿਵਾਰ ਕਿੱਦਾਂ? ਵਧੀਆ ਜੀ। ਭਾਅ ਜੀ ਤੋਂ ਨਾ ਮੈਂ ਇੱਕ ਸਵਾਲ ਪੁੱਛਦਾ, ਭਾਅ ਜੀ ਮੈਨੂੰ ਐਂ ਲੱਗ ਰਿਹਾ ਵਿੱਚ ਤੁਸੀਂ ਪਿਆਜ਼ ਕੱਟ ਰਹੇ ਹੋ, ਆਵਾਜ਼ ਆ ਰਹੀ ਹੈ ਵਿੱਚ, ਕੰਮ ਤਾਂ ਨਹੀਂ ਲਾਇਆ ਤੁਹਾਨੂੰ ਕਿਸੇ ਨੇ? ਦੁਪਹਿਰੇ ਵੀ, ਦੁਪਹਿਰੇ ਪਿਆਜ਼ ਸਲਾਦ ਲਈ ਪਿਆਜ਼ ਕੱਟ ਲਓ। ਹਾਂਜੀ ਠੀਕ ਹੈ ਜੀ, ਠੱਕ ਠੱਕ ਆ ਰਹੀ ਹੈ। ਹਾਂਜੀ ਭਾਜੀ, ਹੁਣ ਤੁਸੀਂ ਗੱਲ ਕਰ ਸਕਦੇ ਹੋ, ਤੁਸੀਂ ਟੀਵੀ ਦੀ ਆਵਾਜ਼ ਨਾ ਸੁਣੋ, ਫੋਨ ਤੇ ਗੱਲ ਕਰੋ। ਮਿਸਤਰੀ ਲੱਗੇ ਹੋਏ ਨੇ। ਅੱਛਾ, ਮਿਸਤਰੀ ਲੱਗੇ ਹੋ ਜੀ ਜੀ ਜੀ, ਇਹ ਵੀ ਜ਼ਰੂਰੀ ਹੈ ਜੀ, ਇਹ ਵੀ ਜ਼ਰੂਰੀ। ਨਹੀਂ ਠੀਕ, ਹਾਂਜੀ ਹੁਕਮ ਕਰੋ ਜੀ। ਸਰ ਐਡਾ ਸੋਹਣਾ ਤੁਸੀਂ ਕਿਵੇਂ ਗਾ ਲੈਂਦੇ ਹੋ ਜੀ? ਅਜੇ ਦੱਸੋ ਇਹ, ਹੁਣ ਮੈਂ ਤੁਹਾਨੂੰ ਕਿਵੇਂ ਦੱਸਾਂ ਜੀ, ਇਹ ਵੀਰੇ ਕੁਛ ਗੋਡ ਗਿਫਟਡ ਹੈ, ਕੁਛ ਮਾਂ ਪਿਓ ਦੀ ਦੁਆਵਾਂ, ਮੇਰੇ ਉਸਤਾਦ ਜੀ ਜਨਾਬ ਸ਼ੌਕਤ ਅਲੀ ਮਤੋਈ ਸਾਹਿਬ, ਉਹਨਾਂ ਦੀ ਦੁਆ ਸਦਕਾ ਮਾੜਾ ਮੋਟਾ ਕੋਸ਼ਿਸ਼ ਕਰ ਲਈ ਦੀ ਹੈ ਜੀ, ਅਤੇ ਬਾਕੀ ਬਲੈਸਿੰਗ ਨੇ ਭਰਾਵਾ ਤੁਹਾਡੇ ਵਰਗੀਆਂ ਸਾਰਿਆਂ ਦੀਆਂ, ਕੋਸ਼ਿਸ਼ ਕਰ ਲਈ ਦੀ ਹੈ। ਹਾਂਜੀ, ਮੇਰੇ ਖਿਆਲ ਨਾਲ ਕਾਲ ਡਰੋਪ ਹੋ ਚੁੱਕੀ ਹੈ, ਮਿਸਤਰੀ ਨੇ ਬੁਲਾ ਲਈ ਸੀ, ਮਿਸਤਰੀ ਨੇ ਬੁਲਾ ਲਿਆ। ਹਾਂਜੀ ਹਾਂਜੀ, ਪਰ ਉਹਨੇ ਸਵਾਲ ਬੜਾ ਖੂਬਸੂਰਤ ਕੀਤਾ ਹੈ ਨਾ ਜੀ ਜੀ ਜੀ, ਕਿਵੇਂ ਗਾ ਲੈਂਦੇ ਹੋ? ਸੁਣਨ ਦੇ ਵਿੱਚ ਤਾਂ ਬੰਦੇ ਨੂੰ ਲੱਗਦਾ ਹੋਊਗਾ ਸਟਾਰਟਿੰਗ 'ਚ ਵੀ ਹੈ ਕਿੱਦਾਂ ਦਾ ਸਵਾਲ ਕੀਤਾ, ਬਟ ਗੱਲ ਸਹੀ ਹੈ। ਅਸੀਂ ਇਹ ਸਾਡੀ ਵੀ ਸੋਚਣੀ ਹੈ ਭਾਅ ਜੀ, ਜੇ ਆਪਾਂ ਕਿਸੇ ਹੋਰ ਲਾਈਨ 'ਚ ਦੇਖੀ ਜਾਵੇ, ਐਕਟਿੰਗ ਲਾਈਨ 'ਚ ਦੇਖਿਆ ਜਾਵੇ, ਯਾਰ ਵੀ ਬੰਦਾ ਇਹ ਕਿਵੇਂ ਕਰ ਲੈਂਦਾ। ਹਾਂ, ਜਦੋਂ ਹੈਰਾਨਗੀ ਹੁੰਦੀ ਹੈ ਜਦੋਂ ਅਸੀਂ ਕਿਸੇ ਨੂੰ ਬਾਖੂਬੀ ਕਿਸੇ ਚੀਜ਼ ਨੂੰ ਕਰਦੇ ਹੋਏ ਦੇਖਦੇ ਹਾਂ, ਬਿਲਕੁਲ ਵੀ ਇਹ ਕਿਵੇਂ ਹੈ, ਕਿਉਂਕਿ ਇਹ ਐਕਸਟਰਾ ਆਰਡਨਰੀ ਹੈ, ਮਤਲਬ ਸਾਡੇ ਬੱਸ ਦੇ ਵਿੱਚ ਚੀਜ਼ ਨਹੀਂ ਹੈ ਨਾ, ਤੇ ਮਾੜਾ ਮੋਟਾ ਤੇ ਹਰ ਕੋਈ ਗਾਉਂਦਾ ਹੁੰਦਾ। ਸਹੀ ਗੱਲ, ਬਾਥਰੂਮ ਸਿੰਗਰ ਤੇ ਹਰ ਕੋਈ ਹੁੰਦਾ। ਸਹੀ ਗੱਲ, ਗਾਣਾ ਸੁਣਨ ਲਈ ਵੀ ਕਹੋ ਤੇ ਬੰਦਾ ਕਹਿੰਦਾ ਚਲੋ ਜੀ ਬਾਥਰੂਮ ਜਾ ਕੇ ਸੁਣਾਉਂਗਾ, ਇੱਥੇ ਨਹੀਂ ਗਾ ਸਕਦਾ। ਸਹੀ ਗੱਲ ਹੈ ਜੀ, ਸਹੀ। ਤੇ ਭਾਅ ਜੀ ਜਦੋਂ ਤੁਸੀਂ ਸਿੱਖਣਾ ਸ਼ੁਰੂ ਕੀਤਾ, ਮਤਲਬ ਤਾਲੀਮ ਲਈ, ਉਸ ਤੋਂ ਬਾਅਦ ਤੁਸੀਂ ਵੌਇਸ ਆਫ ਪੰਜਾਬ ਤੱਕ ਪਹੁੰਚੇ, ਤਾਂ ਉਹ ਬ੍ਰੇਕ ਕਿਵੇਂ ਮਿਲਿਆ ਸੀਗਾ ਤੁਹਾਨੂੰ ਵੌਇਸ ਆਫ ਪੰਜਾਬ ਦਾ, ਜਾਂ ਕਿਵੇਂ ਸ਼ੁਰੂਆਤ ਸੀ ਉਹਦੀ, ਪਲੈਨਿੰਗ ਕਿਵੇਂ ਹੋਈ? ਸ਼ੁਰੂਆਤ ਭਾਅ ਜੀ ਬਚਪਨ ਤੋਂ ਹੀ ਗਾਉਂਦੇ ਆ ਰਹੇ ਹਾਂ, ਮਾਹੌਲ ਇੱਦਾਂ ਦਾ ਸੀਗਾ ਘਰ ਦਾ ਵੀ ਸਵੇਰੇ ਗਾਣਾ, ਦੁਪਹਿਰੇ ਗਾਣਾ, ਰਾਤੀ ਗਾਣਾ, ਗਾਣਾ ਹੀ ਗਾਣਾ ਹੁੰਦਾ ਸਾਡੇ। ਅਤੇ
वॉइस ऑफ पंजाब का शुरुआत इदा हुई भी साढ़े वड्डे भाजी ने बाबा सिकंदर जी जी बड़े अच्छे सुरीले सुलझे हुए फनकार ने आके गए ने साडे हां जी हां जी वाह वाह क्या बात आके गए ने वाह ये अमेजिंग सी मतलब उन्होंने सिरे ही लाया नहीं नहीं क्या ही बात है उन्होंने मैं आप उन्होंने बड़ा सुनदा तो उन्होंने मैंने कॉल किया ऑडिशन तो लुधियाना ऑडिशन सी सी टू ऑडिशन उदो एक दिन पहला मैंने कॉल किया भी सुरताल तू जाना है कल तो मैं क्या भी बाबा जी मैं तो बाल बूल कटाने वाले होए पे ने कि है ना जिदा जाऊँ अच्छा मुंडिया बड़ी फिक्र पैंती है ना कि जाना हो बालों मैं भी पैंती होंगी है बाबा सिकंदर जी का फोन आया कहने तू कल ऑडिशन देने जाना मैं वीरे मैं ना मेरी तैयारी है ना मेरी वैसे भी लुक है नहीं ओदा की गैट कहने तू जिवें भी है निकल जा मैं वॉइस ऑफ पंजाब दे ऑडिशन देन चला गया तो उत्थे बड़ा रश सीगा बहुत रश सीगा तो जिस हिसाब ना रश सी मैनू लगता नहीं सी भी मेरी वारी आनी है बड़ा बेअंत सीगा बंदा तो खड़ा रहा जी लाइन च लग्या रहा 2 घंटे तो मेरी वारी आ गई तो जो ऑडिशन दिता तो जजिस नू इन्ना पसंद आया स्टैंडिंग ओवेशन मिली पहले ही सुनते सारे कौन सीगा ऑडिशन दे जजिस कौन ऑडिशन च सीगा जी सचिन ओजा भाजी अच्छा क्लियर कंठ जी ते मिस पूजा जी सीगे ਬੜੀ ਬੜੀ ਨਰਵਸਨੈਸ ਹੁੰਦੀ ਨਾ ਕਿ ਜਦੋਂ ਤੁਸੀਂ ਇਦਾਂ ਦੇ ਦਿੱਗਜ ਬੰਦੇ ਨੂੰ ਸਾਹਮਣੇ ਬੈਠੇ ਬਿਲਕੁਲ ਬਿਲਕੁਲ ਭਾਜੀ ਹਾਂਜੀ 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 ਤੇ ਉਦਾਂ ਆਪਾਂ ਘਰ 'ਚ ਗੱਲ ਹੀ ਉਹ ਵੱਖਰੀ ਗੱਲ ਹੁੰਦੀ ਹੈ ਬਟ ਕਿਸੇ ਦੇ ਸਾਹਮਣੇ ਗਾਣਾ ਤੇ ਥੋੜ੍ਹਾ ਇਹ ਜਿਹੜੇ ਇੰਟਰਵਿਊ ਹੁੰਦਾ ਇੱਕ ਆਡੀਸ਼ਨ ਹੋ ਗਏ ਇਦਾਂ ਦੇ ਜਿੱਥੇ ਵੀ ਟੈਸਟਿੰਗ ਹੋ ਰਹੀ ਹੈ ਨਾ ਤੁਹਾਡੀ ਉੱਥੇ ਤਾਂ ਵੈਸੇ ਹੀ ਬੰਦਾ ਨਰਵਸ ਹੋ ਜਾਂਦਾ ਬਿਲਕੁਲ ਬਿਲਕੁਲ ਹੁਣ ਵੀ ਇੰਨੀ ਸਟੇਜਾਂ ਪਾਰ ਕਰਿਆ ਹੈ ਪਰ ਫਿਰ ਵੀ ਕਿਤੇ ਨਾ ਕਿਤੇ ਨਰਵਸ ਹੁੰਦਾ ਦਿਲ ਚੱਲਦਾ ਰਹਿੰਦਾ ਅੱਛਾ ਫਿਰ ਤੇ ਆਡੀਸ਼ਨ ਦਿੱਤਾ ਉਹਨਾਂ ਨੇ ਸਟੈਂਡਿੰਗ ਓਵੇਸ਼ਨ ਦਿੱਤੀ ਵੀ ਬੜਾ अच्छा तुसी गा रहे हो तो मैं हौसला हो गया ऑडिशन से भी इन्ना प्यार मिल रहा मैनू तो टिकट तो मेगा मिली मैनू मेगा मिली मेगा च मैं गाया जाके तो उत्थे भी उन्होंने बड़ा उत्थे भी स्टैंडिंग ओवेशन मिली सी मैनू क्या मेगा ऑडिशन तो उत्थों फिर मैं टिकट मिली स्टूडियो राउंड की जिथों मेरा सफ़र चलता गया स्टूडियो राउंड लंघते गए हौली हौली तो अपने आप च एक अचीवमेंट मैं सोचता भी मैं की मैं बड़ा कुछ सीखा उत्थे जाके पहली गल है भी गाने के नाल नाल उत्थे बहन का उठन का किसी नाल किवें आपां एडजस्ट करदे आं अलग अलग उत्थे रहण वाले बच्चे आए होंदे ने हैना ते किसी नाल किवें एडजस्ट करदे आं आपां ते बस ये चीज़ा सफर चलता रहा मेरे ख्याल जो तक अभी बाहर नहीं निकलते तो बहुत कुछ है जो सा नज़र वो दूर ही होंगे बिल्कुल बिल्कुल पता लगता जो अभी अगे वधदे हैं उत्थे जाके सब तो वड्डी गल है भी चैनल ने सानू घरदियां दी कदर करना सिखाया क्योंकि 2 महीने असीं जदों बाहर रहे सानू पता है कपड़े किवें धोते असीं अपने रोटी पानी दा सानू किसी ने नहीं कहना भी तुसीं खा लो आप खा लिया नहीं तो किसी ने सानू पुछना नहीं सारा दिन इदां ही लंघ जांदा सीगा शूट करदियां दा ते बस उत्थे फिर घरदियां दी कदर पई सानू कि साडे घर दे सानू सवेरे उठा के भाई उठ के चाह पी लै रोटी खा लै पिछे पै पै हां मगर ध्यान रखदे आ सही गल है ते इह सफर इदां ही चलदा सीगा ते फिर सैमीफाइनल होया फिर ग्रैंड फिनाले होया ਗੁਰਗਾਓਂ उस तो बाद मेरा ऑफिशियल गाना आ रहा पीटीसी प्राउडली प्रेजेंट वालों क्या पीटीसी वालों ਫੇਵਰੇਟ ਸੌਂਗ ਜੀ ਫੇਵਰੇਟ ਉਹਨਾਂ ਨੇ ਫੇਵਰੇਟ ਕਿਹਾ ਮੈਂ ਵੀ ਆਪਾਂ ਕੰਬਾਈਨ ਕਰ ਲੈਂਦੇ ਇਸ ਦੇ ਨਾਲ ਮੈਂ ਸੋਚ ਰਿਹਾ ਸੀਗਾ ਭਾਜੀ ਤੋਂ ਉਹ ਗਾਣਾ ਸੁਣੀਏ ਜਿਹੜਾ ਤੁਸੀਂ ਫਸਟ ਟਾਈਮ ਆਡੀਸ਼ਨ ਦੇ ਵਿੱਚ ਸੁਣਿਆ ਸੀਗਾ ਆਪਣੇ ਤੇ ਜਿਹਦੇ ਨਾਲ ਤੁਹਾਡੀ ਸ਼ੁਰੂਆਤ ਹੋਈ ਸੀ ਉਸ ਸਫ਼ਰ ਦੀ ਜਿਹਨੇ ਤੁਹਾਨੂੰ ਪਹਿਚਾਨ ਦਿੱਤੀ ਮੈਨੂੰ ਗਾਣਾ ਬੜਾ ਪਸੰਦ ਹੈ ਤੇ ਮੈਂ ਗਾ ਵੀ ਗਿਆ ਹੁਣ ਇੱਥੇ ਕਿਆ ਅੱਛਾ ਮਾਹੀ ਦੇਰ ਨਾਲ ਆਵੀਂ ਚਲੋ ਫਿਰ ਆਪਾਂ ਇੱਕ ਵਾਰੀ ਫੇਰ ਦੁਬਾਰਾ ਤੋਂ ਸੁਣਦੇ ਹਾਂ ਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਤੁਸੀਂ ਕਾਲ ਕੀਤੀ ਪ੍ਰੋਗਰਾਮ ਦੀ ਸ਼ਾਨ ਵਧਾਈ ਥੈਂਕ ਯੂ ਸੋ ਮਚ ਜੀ
हाँ जी भाजी एक बार फिर उही हो जाए उही होगा ना अच्छा ओ सुना नी मन दा युग बीत गए रह गए जिंदगानी दे दिन थोड़े सोना नहीं मन दा युग बीत गए तेरे गे जिंदगानी दे दिन थोड़े ऐसा वेखिया बेपरवा माही नी मैं हथ जोड़ा ते दिल तोड़े नी मैं हथ जोड़ा ते दिल तोड़े आवे माही देर ना ला तू विना 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 इंज तड़पा तू हार गए लम्मियां जुदाइयां दिन प्यार दे ढोलना लम्मियां जुदाइयां दिन प्यार दे वाओ ते मेरे ख्याल नाल तुसीं पहला भी सुनाया पर हुण इस नजरिए दे नाल सी कि ऑडिशन दे विच जदों तुसीं सुनाया होगा ते सामने वाला दा कि रिएक्शन होगा तां डेफिनेटली ओही सी जो साडा भी हैगा ते वाकई हैट्स ऑफ ते तुहानूं ए चीज़ है कि ਇਹ ਜਦੋਂ ਕੋਈ ਇੱਦਾਂ ਗਾ ਰਿਹਾ ਨਾ ਇਸ ਇੰਨੇ ਤਰੀਕੇ ਦੇ ਨਾਲ ਸੁਰਾਂ ਦੇ ਵਿੱਚ ਉਸਨੂੰ ਪਰੋ ਰਿਹਾ ਤਾਂ ਇਹ ਬਿਲਕੁਲ ਉੱਦਾਂ ਜਿਵੇਂ ਕੋਈ ਕਢਾਈ ਨਹੀਂ ਕੱਢਦਾ ਹੁੰਦਾ ਬਿਲਕੁਲ ਭਾਜੀ ਇੱਕ ਨਕਾਸ਼ੀ ਨੂੰ ਬਣਾਇਆ ਜਾਂਦਾ ਉਸ ਤਰੀਕੇ ਦੇ ਨਾਲ ਐਂਡ ਦਿਸ ਇਜ਼ ਅਮੇਜ਼ਿੰਗ ਭਾਜੀ ਜੀਓ ਤੁਸੀਂ ਗੋਡ ਬਲੈਸ ਯੂ ਥੈਂਕ ਯੂ ਇਸੇ ਤਰੀਕੇ ਨਾਲ ਰੱਬ ਤੁਹਾਨੂੰ ਬਹੁਤ ਤਰੱਕੀ ਦੇਵੇ ਮਿਹਰਬਾਨੀ ਤੇ ਤੁਸੀਂ ਹਜੇ ਜਿਸ ਮੁਕਾਮ ਤੇ ਪਹੁੰਚੇ ਉਸ ਤੋਂ ਅੱਗੇ ਪਤਾ ਨਹੀਂ ਕਿੱਥੇ ਤੱਕ ਦਾ ਸਫ਼ਰ ਹੈਗਾ ਮਿਹਰਬਾਨੀ ਭਾਵੇਂ ਟਾਈਮ ਅੱਜ ਉਹ ਹੈ ਕਿ ਲੋਕ ਐਪਰੀਸੀਏਸ਼ਨ ਤੇ ਬਹੁਤ ਦਿੰਦੇ ਨੇ ਤੇ ਸਟਾਰ ਸ਼ਾਇਦ ਸਟਾਰਡਮ ਵਾਲੇ ਹੁੰਦੇ ਨੇ ਪਰ ਇਹ ਇਹ ਫੇਰ ਉਹੀ ਦੌਰ ਆਣਾ ਆਣਾ ਜ਼ਰੂਰ ਆਣਾ ਘੁੰਮ ਕੇ ਆਣਾ ਜਿੱਥੇ ਫੇਰ ਦੁਬਾਰਾ ਤੋਂ ਕਲਾ ਦੀ ਕਦਰ ਹੋਣੀ ਹੈ ਜਿੱਥੇ ਕਲਾਕਾਰਾਂ ਦੇ ਵਿੱਚ ਕਲਾ ਨੂੰ ਹੀ ਲੱਭਿਆ ਜਾਊਗਾ ਰੈਦਰ ਦੈਨ ਸਟਾਰਡਮ ਬਿਲਕੁਲ ਬਿਲਕੁਲ ਤੇ ਉਹ ਵੀ ਦੌਰ ਦੂਰ ਨਹੀਂ ਹੈਗਾ ਇਹ ਮੈਂ ਕਹਿੰਦਾ ਵੀ ਮਾਲਕ ਤੁਹਾਡੀ ਗੱਲ ਇਹ ਸੱਚੀ ਕਰੇ ਤੁਹਾਡੇ ਮੂੰਹ 'ਚ ਕੀ ਸ਼ੱਕਰ ਵੀ ਇੱਦਾਂ ਹੀ ਹੋਵੇ ਅਤੇ ਹੁਣ ਹੈ ਭਾਅ ਜੀ ਜ਼ਰੂਰ ਚੇਂਜ ਹੋਣਾ ਕਿ ਸਾਨੂੰ ਪਤਾ ਵੀ ਸਾਡਾ ਟਾਈਮ ਸਾਡਾ ਦੌਰ ਸਾਡਾ ਜ਼ਰੂਰ ਆਏਗਾ ਤੁਹਾਡੇ ਆਸ਼ੀਰਵਾਦ ਸਰ ਕਿਉਂਕਿ ਨਹੀਂ ਮੈਂ ਤਾਂ ਬਹੁਤ ਵੱਡਾ ਨਹੀਂ ਹੈਗਾ ਜੀ ਆਸ਼ੀਰਵਾਦ ਮੈਂ ਤਾਂ ਖੁਦ ਦੁਆ ਕਰਨ ਵਾਲਾ ਹੋ ਸਕਦਾ ਜ਼ਰੂਰੀ ਨਹੀਂ ਹੁੰਦਾ ਵੀ ਵੱਡੇ ਬੰਦੇ ਆਸ਼ੀਰਵਾਦ ਦਿੰਦੇ ਹੁੰਦੇ ਨੇ ਸੱਚੀ ਰੂਹ ਆਸ਼ੀਰਵਾਦ ਬੜਾ ਬਹੁਤ ਹੁੰਦਾ ਜੀ ਬਹੁਤ ਬਹੁਤ ਧੰਨਵਾਦ ਭਾਅ ਜੀ ਅਤੇ ਹੁਣ ਤੁਹਾਡਾ ਜਿਹੜਾ ਕਵਰ ਸੌਂਗ ਆ ਰਿਹਾ ਮਾੜਾ ਜਿਹਾ ਉਹਦੇ ਬਾਰੇ ਦੱਸ ਦਿਓ ਐਗਜੈਕਟਲੀ ਉਦੋਂ ਕਾਲ ਦੇ ਉੱਤੇ ਸੀਗੇ ਜੀ ਦਰਸ਼ਕਾਂ ਨੂੰ ਇੱਕ ਵਾਰੀ ਦੱਸ ਦਿਓ ਜਾਂ ਤੁਹਾਡੇ ਵੱਲੋਂ ਕੋਈ ਮੈਸੇਜ ਵੀ ਹੈਗਾ ਹਾਂਜੀ ਦਰਸ਼ਕਾਂ ਲਈ ਆਪਣੇ ਫੈਨਸ ਲਈ ਉਹਨਾਂ ਨੂੰ ਤੁਸੀਂ ਜੀ 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 ਬਿਲਕੁਲ ਅਤੇ ਗਾਣਾ ਰੈਡੀ ਹੈ ਜੀ ਸਾਡਾ ਉਹਦਾ ਗਾਣੇ ਦਾ ਨਾਮ ਹੈ ਵੇ ਚੰਗਾ ਨਹੀਂ ਉਹ ਕੀਤਾ ਇੱਕ ਲਾਈਨ ਮੈਂ ਸੁਣਾ ਦਿੰਦਾ ਉਸ ਆਪਣੇ ਕਵਰ ਦੀ ਵੇ ਚੰਗਾ ਨਹੀਂ ਉਹ ਕੀਤਾ ਮਾਹੀ ਵੇ ਚੰਗਾ ਨਹੀਂ ਉਹ ਕੀਤਾ ਮਾਹੀ ਜਾਣਾ ਸੀ ਤੇ ਪ੍ਰੀਤਾਂ ਨਹੀਂ ਸੀ ਲਾਉਣੀਆਂ ਕਿਆ ਬਾਤ ਵੇ ਚੰਗਾ ਨਹੀਂ ਉਹ ਕੀਤਾ ਮਾਹੀ ਜਾਣਾ ਸੀ ਤੇ ਪ੍ਰੀਤਾਂ ਨਹੀਂ ਸੀ ਲਾਉਣੀਆਂ ਰੋਂਦੀਆਂ ਅੱਖੀਆਂ ਨਿਮਾਣੀਆਂ ਵੇ ਚੰਗਾ ਨਹੀਂ ਉਹ ਕੀਤਾ ਮਾਹੀ ਵੈਰੀ ਨਾਈਸ ਭਾਜੀ ਵੈਰੀ ਨਾਈਸ ਤੇ ਕਦੋਂ ਆ ਰਿਹਾ ਕਦੋਂ ਤੱਕ ਰਿਲੀਜ਼ ਹੋ ਜਾਏਗਾ ਵਿਦਇਨ 10 ਡੇਜ਼ ਭਾਜੀ ਵਿਦਇਨ 10 ਡੇਜ਼ ਤਾਂ ਹੁਣ ਤੁਸੀਂ ਵੇਟ ਕਰਨੀ ਹੈ ਨਾ ਭਾਜੀ ਯੂਟਿਊਬ ਦੇ ਉੱਤੇ ਰਿਲੀਜ਼ ਕਰ ਰਹੇ ਇਸ ਤੋਂ ਇਲਾਵਾ ਜਾਂ ਕਿਸੇ ਲੈਵਲ ਦੇ ਉੱਤੇ ਹੋ ਰਿਹਾ ਇਹ ਮੈਂ ਆਪਣੀ ਮਨਪਸੰਦ ਆਪਣੀ ਆਪਣੀ ਰੂਹ ਲਈ ਆਪਣੀ ਮਤਲਬ ਆਤਮਾ ਲਈ ਇਹ ਗਾਣਾ ਬਣਾਇਆ ਤੇ ਬਾਕੀ ਤੁਹਾਨੂੰ ਸਾਰਿਆਂ ਨੂੰ ਮੈਨੂੰ ਲੱਗਦਾ ਪਸੰਦ ਆਏਗਾ ਆਈ ਹੋਪ ਕਿਉਂਕਿ ਹੋਪ ਹੀ ਕਰ ਸਕਦੇ ਹਾਂ ਅੱਜ ਕੱਲ੍ਹ ਨਹੀਂ ਜਿਹੜੇ ਲੋਕੀ ਵਾਕਈ ਸੰਗੀਤ ਨੂੰ ਸਮਝਦੇ ਨੇ ਜਾਂ ਸੁਰਾਂ ਨੂੰ ਪਿਆਰ ਕਰਦੇ ਨੇ ਉਹਨਾਂ ਨੂੰ ਡੈਫੀਨੇਟਲੀ ਪਸੰਦ ਆਏਗਾ ਮੈਂ ਬੜੀ ਕਲੀਅਰ ਜੀ ਬਹੁਤ ਸਾਫ਼ ਸੁਥਰੀ ਜੀ ਗੱਲ ਹੈ
ਕਿ ਜਿਹੜੇ ਸੁਰਾਂ ਨੂੰ ਪਸੰਦ ਕਰਦੇ ਨੇ ਜਿਹਨਾਂ ਨੂੰ ਗਾਇਕੀ ਨੂੰ ਸੁਣਨ ਦਾ ਜੀ 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 ਹੈ ਨਾ ਉਹ ਦਿਲ ਦੀ ਚਾਹਤ ਹੈ ਬਿਲਕੁਲ ਬਿਲਕੁਲ ਉਹਨਾਂ ਨੂੰ ਪਸੰਦ ਇਹ ਮੈਂ ਆਪਣੀ ਖੁਸ਼ੀ ਲਈ ਬਣਾਇਆ ਭਾਅ ਜੀ ਇਹ ਕਵਰ ਇਹ ਸਿਰਫ ਯੂਟਿਊਬ ਚੈਨਲ 'ਤੇ ਲਾਂਚ ਹੋਏਗਾ ਜੀ ਬਾਕੀ ਜਿਹੜਾ ਓਫੀਸ਼ੀਅਲ ਆ ਰਿਹਾ ਉਹ ਮੈਨੂੰ ਲੱਗਦਾ ਨੈਕਸਟ ਮੰਥ ਤੱਕ ਪੀ ਟੀ ਸੀ ਵੱਲੋਂ ਰਿਲੀਜ਼ ਹੋ ਜਾਏਗਾ ਕਿਆ ਬਾਤ ਹੈ ਜੀ ਬਹੁਤ ਬਹੁਤ ਧੰਨਵਾਦ ਭਾਅ ਜੀ ਥੈਂਕ ਯੂ ਸੋ ਮਚ ਪ੍ਰੋਗਰਾਮ ਦਾ ਹਿੱਸਾ ਬਣਨ ਦੇ ਲਈ ਥੈਂਕ ਯੂ ਅਤੇ ਦਰਸ਼ਕੋ ਹੁਣ ਫਿਰ ਆਪਾਂ ਕੱਲ੍ਹ ਮਿਲਾਂਗੇ ਹੈ ਨਾ ਦੁਬਾਰਾ ਅਗਲੇ ਐਪੀਸੋਡ ਦੇ ਵਿੱਚ ਕੱਲ੍ਹ ਆ ਰਿਹਾ ਤੁਹਾਡੇ ਲਈ ਕੁਝ ਖਾਸ ਖਾਸ ਮਹਿਮਾਨ ਲੈ ਕੇ ਆਵਾਂਗਾ ਤਦ ਤੱਕ ਲਈ ਹੁਣ ਮੈਨੂੰ ਸ਼ੇਖਰ ਰਾਏ ਨੂੰ ਦਿਓ ਇਜਾਜ਼ਤ ਅਤੇ ਭਾਅ ਜੀ ਨੂੰ ਵੀ ਦਿਓ ਇਜਾਜ਼ਤ ਅਤੇ ਕੱਲ੍ਹ ਮਿਲਦੇ ਹਾਂ ਫਿਰ ਟੇਕ ਕੇਅਰ ਬਾਏ ਥੈਂਕ ਯੂ ਸੋ ਮਚ ਗਾਇਜ਼